진ਨੇ ਕਿ ਮੈਨੂੰ ਯਾਦ ਸ਼ਾਇਦ 4-5 ਸਾਲ ਦੀ ਉਮਰ ਤੋਂ ਹਮੇਸ਼ਾ ਤੋਂ ਆਈ ਹੈਵ ਬੀਨ ਓਵਰ weight ਉਹਦੇ ਕਰਕੇ ਬੁਲਿੰਗ ਬਹੁਤ ਹੋਈ ਬੋਡੀ ਸ਼ੇਮਿੰਗ ਬਹੁਤ ਹੋਈ ਇੱਕ ਨਾ ਲੋਕਾਂ ਨੇ ਦੀਵਾਰ ਜੀ ਬਣਾ ਦਿੱਤੀ ਕਿ ਇਹ ਸਾਡੇ ਤੋਂ ਅਲੱਗ ਆ ਜੇ ਆਪਾਂ ਕਿੱਥੇ ਜਾਣਾ ਕਿਸੇ ਫੰਕਸ਼ਨ ਤੇ ਤਾਂ ਲੋਕਾਂ ਨੇ ਮੇਰੀ ਮੰਮੀ ਨੂੰ ਆ ਕੇ ਪੁੱਛਣਾ ਵੀ ਤੁਹਾਡੇ ਬੱਚੇ ਚ ਓਕੇ ਸੌਰੀ ਡੋਨਟ ਬੀ ਸੌਰੀ ਤੁਹਾਡੇ ਬੱਚੇ ਚ ਕੋਈ ਕਮੀ ਹੈ ਕਿ ਉਹ ਅਲੱਗ ਘਾਤੋ ਦਿੱਖਦੀ ਹੈ ਉਦੋਂ ਇਸ ਹੱਥ ਹੋਇਆ ਕਿ ਬਈ ਮਨ ਤਾਂ ਮੇਰਾ ਉਹੀ 6 ਸਾਲ ਬੱਚ 7 ਸਾਲ ਵਾਲੇ ਬੱਚੇ ਦਾ ਹੈ ਨਾ ਤੇ ਮੈਨੂੰ ਜੇ ਮੇਲ ਅਟੈਨਸ਼ਨ ਮਿਲਦੀ ਵੀ ਹੁੰਦੀ ਸੀ ਨਾ ਦੋ ਕਾਰਨ ਕਰਕੇ ਮਿਲਦੀ ਹੁੰਦੀ ਸੀ ਇੱਕ ਤਰਸ ਕਰਕੇ ਜਾਂ ਤੁਸੀਂ ਲਾ ਲਓ ਈਜ਼ੀ ਟਾਰਗੇਟ ਕਰਕੇ ਕਿ ਸੋਨੀ ਨੇ ਤਾਂ ਫਸਣਾ ਨਹੀਂ ਇਹਨੂੰ ਕਿਸੇ ਨੇ ਪੁੱਛਣਾ ਨਹੀਂ ਸੋ ਆਪੇ ਇਹਨੂੰ ਪੁੱਛ ਲੈਣੇ ਆ ਤੇ ਦੂਜਾ ਇਹ ਹੁੰਦਾ ਸੀ ਜਿਨ੍ਹਾਂ ਨੂੰ ਫੈਟ ਫੈਟਿਸ਼ ਆ ਆਪਾਂ ਨੂੰ ਲੋਕਾਂ ਨੂੰ ਨਾ ਸਿਰਫ ਬਾਹਰੋਂ ਛੱਡ ਕੇ ਨਾ ਉਹਨਾਂ ਦੀ ਤਰਬੀਅਤ ਉਹਨਾਂ ਦੇ ਦਿਲ ਨੂੰ ਦੇਖਣਾ ਬਹੁਤ ਜ਼ਰੂਰੀ ਹੈ सो धीबत ना मुहबत करना बहुत जरूरी है मेरे को सच्ची आंसर नहीं है mm -hmm. मैंने बस इन्ना पता कि मेरे तो मेहर हुई है mm -hmm. तो मैं रिलाइज किया कि भी इस तो बैटर हाँ मैं लाइफ इज मच मोर दैन दिस एंड बाद फिर मैं स्लोली एंड ग्रैजुअली अपने आप में एक्सैप्ट करना शुरू किया mm -hmm. तो मैं अपने आप न अपनी नज़र तो देखना शुरू किया एंड मैं देखा भी कुड़ी तो बाली सोड़ी है। <laughs> ਦੋ ਮੇਗਾ ਹੈਲੋ ਤਰਨਮ ਜੀ ਕੀ ਹਾਲ ਚਾ ਬਹੁਤ ਵਧੀਆ ਤੁਸੀਂ ਦੱਸੋ ਤੁਸੀਂ ਤਰਨਮ ਜੀ ਕਹਿੰਦੇ ਹੋ ਨਾ ਮੈਂ ਬਜ਼ੁਰਗੀ થઈ ਜਾਨੀ ਆਲ ਆਫ ਅ ਸੱਡਨ ਪਰ ਯੂ نو ਮੈਂ ਮੇਰੇ ਮਨ ਚ ਤੁਹਾਡੇ ਲਈ ਰਿਸਪੈਕਟ ਬਹੁਤ ਆ ਸੋ ਬਿਨਾ ਜੀ ਤੋਂ ਮੇਰੇ ਕੋਲ ਕਹਿ ਨਹੀਂ ਹੁੰਦਾ ਤੇ ਬਿਨਾ ਹੈਲੋ ਤੋਂ ਮੈਂ ਜੇ ਸਿੱਧਾ ਜੀ ਕਹਾ ਉਹ ਵੀ ਨਹੀਂ ਕਹਿ ਹੁੰਦਾ ਬਿਕਾਜ਼ ਆਈ ਲਵ ਯੂਰ ਨੇਮ ਸੋ ਮਚ ਸੋ ਇਟ ਐਂਡਸ ਅਪ ਬੀਂਗ ਹੈਲੋ ਤਰਨਮ ਜੀ ਇਟਸ ਵੈਰੀ ਸਵੀਟ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਇਹ ਜ਼ਰੂਰ ਦੱਸਾਂਗੀ ਕਿ ਅਪਾ ਕਿੱਦਾਂ ਮਿਲੇ ਸੀ ਹਾਂ ਕਿਵੇਂ ਮਿਲੇ ਸੀ ਕਿਉਂਕਿ ਮੇਰੇ ਵਾਸਤੇ ਉਹ ਮੁਲਾਕਾਤ ਬਹੁਤ ਸਪੈਸ਼ਲ ਆ ਅਮ ਸੋ ਐਕਚੁਅਲੀ ਤੋ ਸੀ ਸ਼ਾਇਦ ਮੈਨੂੰ ਉਸ ਇਵੈਂਟ 'ਚ ਪਹਿਲੀ ਵਾਰ ਮਿਲੇ ਸੀ ਬਟ ਮੈਂ ਤੁਹਾਨੂੰ ਰੌਬਿੰਸਨ ਨੂੰ ਦੇ ਵੈਂਚੀ ਮਿਲ ਸੀ ਅੱਛਾ ਜਿਹੜਾ ਆਪਾਂ 5x ਨਾਲ ਕਿ ਥੈਟਸ ਰਾਈਟ ਯਾ 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 ਐਂਡ ਰਿਮੈਂਬਰ ਮੇ ਕਵੈਸਚਨ ਪੁੱਛਿਆ ਸੀ ਜਿਹੜਾ ਤੁਸੀਂ ਫੇਰ ਗਿਆ ਸੀ ਕਿ ਬਹੁਤ ਸੋਹਣਾ ਕਵੈਸਚਨ ਸੀ ਤੇ ਉਹ ਕਵੈਸਚਨ ਰੌਬਿੰਨ ਨੂੰ ਮੇ ਪੋਡਕਾਸਟ ਦੇ ਵਿੱਚ ਪੁੱਛਿਆ ਸੀ ਹਾਂਜੀ ਅਨਫੋਰਚਨਟਲੀ ਮੇ ਤੁਹਾਡਾ ਨਾਮ ਪੁੱਛ ਲਗੀ ਸੀ ਕੋਈ ਨਹੀਂ ਹੁਣ ਯਾਦ ਆ ਹਾਂ ਬਟ ਆ ਡਿਡ ਥਰ ਇਜ਼ ਅ ਪਿਊਟੀਫੁਲ ਕਵੈਸਚਨ ਹਾਂਜੀ ਸੋ ਮੇਰੇ ਲਈ ਤੁਹਾਡਾ ਫਰਸਟ ਲਾਈਵ ਇਮਪ੍ਰੈਸ਼ਨ ਹੋ ਸੀਗਾ ਹੈਨਾ ਐਂਡ ਇਟ ਵਾਸ ਸੋ ਮੈਸਮਰਾਇਜ਼ਿੰਗ ਬਿਕਾਜ਼ ਜਿੱਦਾਂ ਤੁਸੀਂ ਗੱਲ ਕਰਦੇ ਹੋ ਜਿੱਦਾਂ ਤੁਸੀਂ ਦੂਜੇ ਬੰਦੇ ਦੀ ਗੱਲ ਸਮਝਦੇ ਹੋ ਤੇ ਨਾਲੇ ਆਡੀਅנס ਨੂੰ ਲੂਪ ਇਨ ਕਰਦੇ ਹੋ রাইਟ ਉਹ ਬਹੁਤ ਵਾਹ ਸੋਹਣੀ ਚੀਜ਼ ਆ ਤੇ ਕੋਇਨਸੀਡੈਂਟਲੀ ਮੈਂ ਇਸ ਤਰ੍ਹਾਂ ਦੇ ਇਵੈਂਟਸ ਲੱਭਦੀ ਪਈ ਸੀ ਜਿੱਥੇ ਕੋਈ ਲਾਈਕ ਔਮਨ ਇੰਟਰੈਕਸ਼ਨ ਹੋਣ ਹੈਨਾ ਐਂਡ ਫਿਰ ਮੈਂ ਤੁਹਾਡੇ ਇਵੈਂਟ ਦੇਖਿਆ ਆਈ ਜਸਟ ਸਾਈਂਡ ਅਪ ਫਾਰ ਇਟ ਕੋਈ ਨਹੀਂ ਸੀ ਮੇਰੇ ਨਾਲ ਜਾਣ ਲਈ ਤੁਸੀਂ ਇਕੱਲੇ ਆਏ ਸੀ ਮੈਂ ਇਕੱਲੀ ਆਈ ਸੀ ਤੇ ਮੈਨੂੰ ਸੀ ਕਿ ਮੈਨੂੰ ਜਾਣਾ ਵੀ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਤੇ ਮੇਰੇ ਘਰੋਂ ਇਟ ਵਾਸ ਲਾਈਕ ਹਾਫ 1 ਆਵਰ ਦੀ ਡਰਾਈਵ ਐਕਚੁਅਲੀ ਬਟ ਮੈਂ ਕਿ ਕੋਈ ਨਹੀਂ ਜਾ ਕੇ ਦੇਖਦੇ ਕਿ ਬੰਦਾ ਹੈ ਨਾ ਐਂਡ ਫਿਰ ਉਸੇ ਉੱਥੇ ਆਪਾਂ ਮਿਲੇ ਚੰਗੀ ਗੱਲ ਕੀਤੀ ਐਂਡ ਫਿਰ ਉਸੇ ਪੁੱਛਿਆ ਕਿ ਪੋਡਕਾਸਟ ਬਾਰੇ ਸਾਰੇ ਅੰਦਾ ਕੀ ਖਿਆਲ ਆ ਐਂਡ ਦੈਨ ਆ ਵੈਂਟ ਐਂਡ ਟਾਕ ਟੂ ਯੂ ਐਂਡ ਆ ਵਾਂਟ ਟੂ ਸੇ ਦਿਸ ਐਂਡ ਟੈਲ ਦਿਸ ਟੂ एवरीवन ਜੀ ਕਿ ਜਦੋਂ ਲੋਕੀ ਇਨਕਸਪੀਰੀਅੰਸ ਦੇ ਨਾਲ ਹੁੰਦੇ ਆ ਨਾ ਉਹਨਾਂ ਨੂੰ ਬਹੁਤ ਕੁਝ ਐਡਵਾਈਸ ਮਿਲਦੀ ਆ ਬਹੁਤ ਕੁਝ ਸੁਣਨ ਨੂੰ ਮਿਲਦਾ ਬਟ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਹੋਰ ਕਿਸੇ ਦੇ ਟੈਂਸ਼ਨ ਪੇ ਕਰ ਸਕਣ ਤੁਸੀਂ ਹੋ ਕਿਤਾ ਮੇਰੇ ਨਾਲ ਹੈਨਾ ਤੁਸੀਂ ਜਾਣਦੇ ਵੀ ਨਹੀਂ ਸੀ ਮੈਂ ਕੌਣ ਆ ਕਿੱਥੋਂ ਆਈ ਆ ਕੀ ਕਰਦੀ ਆ ਤਾਂ ਹੀ ਤਾਂ ਆਪਾਂ ਪੋਡਕਾਸਟ ਕਰ ਰਹੇ ਹਾਂ ਤਾਂ ਕਿ ਇੱਕ ਦੂਜ ਨੂੰ ਜਾਣ ਸਕੀਏ ਹਾਂਜੀ ਬਟ ਨਹੀਂ ਜਾਣਦੇ ਸੀ ਹੈਨਾ ਕਿ ਕੌਣ ਆ ਕੀ ਕਰਦੀ ਆ ਬਟ ਤੁਸੀਂ ਮੇਰੀ ਗੱਲ ਸੁਣੀ ਤੇ ਉਸ ਗੱਲ ਨੂੰ ਤਵੱਜੋ ਵੀ ਦਿੱਤੀ ਐਂਡ ਐਂਡ ਯੂ ਏਅਰ ਹੇਅਰ ਟੂਡੇ ਐਂਡ ਆਮ ਏਅਰ ਹੇਅਰ ਟੂਡੇ ਮੈਨੂੰ ਪਤਾ ਹੈ ਕੀ ਲੱਗਦਾ ਹੁੰਦਾ ਭੂਮਿਕਾ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਉਹਨਾਂ ਦਾ ਤੁਹਾਨੂੰ ਆਪਣਾ ਮੰਨ ਲੈਣਾ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਘੱਟ ਲੋਕਾਂ ਨਾਲ ਹੁੰਦਾ ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਲੋਕੀਂ ਆਪਣਾ ਮੰਨਦੇ ਨੇ ਇਹ ਆਪਣਾ ਮੰਨਦੇ ਨੇ ਤਾਂ ਹੀ ਉਹ ਹਿੰਮਤ ਕਰ ਪਾਉਂਦੇ ਨੇ ਕਿ ਤੁਹਾਡੇ ਤੱਕ ਆ ਕੇ ਗੱਲ ਕਰ ਸਕਣ ਹਾਂਜੀ ਸੋ ਤੁਸੀਂ ਉਹ ਮਹਿਸੂਸ ਕੀਤਾ ਕਿ ਤੁਸੀਂ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਹੋ ਤੇ ਜੇ ਤੁਸੀਂ ਗੱਲ ਐਸੀ ਕਰ ਰਹੇ ਹੋ ਜਿਹਦੇ ਵਿੱਚ ਵਜ਼ਨ ਹੈ ਐਂ ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ I I think why not aur mere vaaste meri growth taan hi hogi je main tode saareyan di sunungi kyunki podcast hai hi tode saareyan vaaste mere sunan waaleyan vaaste dekhan waaleyan vaaste haan ji but nahi mere liye oh moment idda da ke like tusi manoge nahi main jadon us event to nikli na main apne friend nu call kiti main kya i made it wow because especially as <laughs> international student kar aur <laughs> dur aake ਜਦੋਂ ਕੋਈ ਤੁਹਾਡੀ ਗੱਲ ਸੁਣਦਾ ਨਾ ਬਹੁਤ ਇੰਪੋਰਟੈਂਸ ਹੁੰਦੀ ਆ ਉਸ ਚੀਜ਼ ਦੀ ਐਬਸੋਲੂਟਲੀ ਐਂਡ ਤੁਸੀਂ ਮੇਰੀ ਗਰਲਸ ਹਣੀ ਸੋ ਆਈ ਵਾਸ ਸੋ ਹੈਪੀ ਸੌਰੀ ਆਮ ਆਲਰੇਡੀ ਸਟਾਰਟਿੰਗ ਟੂ ਗੈਟ ਇਮੋਸ਼ਨਲ ਤਾਂ ਐਸੀ ਟਿਸ਼ੂਜ਼ ਰੱਖੇ ਹੋਏ ਆਪਾਂ ਜਿੰਨਾ ਰੋਣਾ ਪਰੋਵਾਂਗੇ ਕਿ ਪਰ ਇਸ ਤੋਂ ਪਹਿਲਾਂ ਕਿ ਆਪਾਂ ਰੋਈਏ ਨਹੀਂ ਮੈਂ ਮੈਂ ਭੂਮਿਕਾ ਬਾਰੇ ਜਾਨਣਾ ਚਾਹੁੰਨੀ ਆ ਮੈਂ ਇੰਟਰਨੈਸ਼ਨਲ ਸਟੂਡੈਂਟਲੀ ਕੁੜੀ ਆਸੀ ਉਹਦੇ ਤਜਰਬੇ ਬਾਰੇ ਜ਼ਰੂਰ ਗੱਲ ਕਰਾਂਗੀ ਪਰ ਆਈ ਥਿੰਕ ਉਸ ਤੋਂ ਪਹਿਲਾਂ जड़ा भूमिका का सफर से उसके बारे जानना चाहिए तो उसकी वजह यह है कि जो तीस क्या ना कि मैं तलाश कर रही थी कि कोई यहोजे लाइव इवेंट्स होटेज परफॉर्मेंसिज हो जिथे यू नो you वूमेन know, ओरएंटेड भी हो कल्चरल हो तो मैं ऑलमोस्ट एन लगन लग गया भी थोड़ा कल्चर के परफॉर्मिंग आर्ट्स के नहलों तो लगा है बहुत ज़्यादा मैं ऑलमोस्ट तीन चार साल दी उद तो मैं स्टेज पर कुछ ना कुछ कर रही हूँ ਤੇ ਮੈਨੂੰ ਕੋਈ ਵੀ ਪੁੱਛਦਾ ਨਾ ਕਿ ਤੂੰ ਸਭ ਤੋਂ ਜ਼ਿਆਦਾ ਖੁਸ਼ਕਦੋ ਹੁੰਦੀ ਆ ਮੈਂ ਕਹਿੰਨੀ ਆ ਸਟੇਜ ਤੇ ਲਾਈਕ ਵਾਓ ਤੂੰ ਸੀ ਮੈਨੂੰ 3 ਵਜੇ ਵੀ ਉਠਾ ਕੇ ਰਾਤ ਦੇ 3 ਵਜੇ ਕਹੋਗੇ ਨਾ ਕਿ ਭੂਮਿਕਾ ਸਟੇਜ ਤੇ ਜਾ ਕੇ ਕੁਝ ਕਰਨਾ ਮੈਂ ਕਹਿੰਨਾ 10 ਮਿੰਟ ਦੇ ਦਿਓ ਮੈਂ ਬਸ ਕੱਪੜੇ ਚੰਗੇ ਜਿਹੇ ਪਾ ਲਾਂ ਤੇ ਇਸੇ ਜਾ ਕੇ ਭੂਮਿਕਾ ਜਦੋਂ ਨਿੱਕੀ ਹੁੰਦੀ ਸੀ ਕੀ ਕਰਦੀ ਸੀ ਡਾਂਸ ਕਰਦੀ ਸੀ ਐਕਟਿੰਗ ਕਰਦੀ ਸੀ ਬੋਲਦੀ ਸੀ ਡਿਬੇਟਸ ਬੋਲਦੀ ਸੀ ਮੈਂ ਡਿਬੇਟਸ ਡੈਕਲੇਮੇਸ਼ਨਸ ਬਹੁਤ ਕਰਦੀ ਸੀ ਤੇ ਮੇਰੇ ਨਾਲ ਇਦਾਂ ਹੁੰਦਾ ਸੀ ਕਿ ਮੇਰੀ ਟੀਚਰਸ ਕਈ ਵਾਰੀ ਨਾ ਮੈਨੂੰ ਕਲਾਸ ਤੋਂ ਬਾਹਰ ਬੁਲਾ ਕੇ ਕਹਿੰਦੇ ਸੀ ਕਿ ਇੱਕ ਕੰਪੀਟੀਸ਼ਨ ਦਾ ਨੋਟਿਸ ਆਇਆ ਹੈ 10 ਮਿੰਟ ਚ ਆਪਾਂ ਜਾਣਾ ਤੇ ਤੂੰ ਜਾ ਕੇ ਕਰਨਾ 10 ਮਿੰਟ ਚ ਤਿਆਰੀ ਰੱਬ ਦੀ ਮੇਰ ਲਾ ਲੋ ਆਪਣੇ ਤੇ ਗੁਮਾਨ ਤਾਂ ਨਹੀਂ ਕਰਾਂਗੀ ਮੈਂ ਇਸ ਚੀਜ਼ ਦਾ ਬਟ ਥੋੜੀ ਜੀ ਬਖਸ਼ੀਸ਼ ਹੈਗੀ ਆ ਕਿ ਵਰਡਸ ਮੈਂ ਲਿਖ ਲੈਣੀਆਂ ਤੁਸੀਂ ਰਾਈਟਰ ਬਹੁਤ ਚੰਗੇ ਥੈਂਕ ਯੂ ਬਹੁਤ ਚੰਗੇ ਮੈਂ ਤੁਹਾਡੀਆਂ ਲਿਖਤਾਂ ਪੜੀਆਂ ਨੇ ਬਹੁਤ ਥੈਂਕ ਯੂ ਸੋ ਅ ਬਸ 스테ਜ ਦਾ ਨਾਂ ਲਗਾਵ ਲਾ ਲੋ ਤੇ ਐਕਸਪ੍ਰੈਸ ਕਰਨ ਦੇ ਨਾਲ ਨਾਲ ਉਹ ਨਾਲ ਥੋੜੀ ਜੀ ਲਿਖਣ ਦੀ ਐਬਿਲਿਟੀ ਜਿਹੜੀ ਹੈਗੀ ਆ ਉਹਨਾਂ ਸਾਰਿਆਂ ਦਾ ਮਿਕਸਚਰ ਕਰਕੇ ਲਾਈਕ ਇਟ ਫੀਲਸ 스테ਜ ਐਸ ਮਾਈ ਹੋਮ which is weird ਕਿ 스테ਜ ਆਮ ਤੌਰ ਤੇ ਲੋਕਾਂ ਨੂੰ intimidate ਕਰਦੀ ਹੈ ਹਾਂਜੀ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇੱਕ ਫੀਅਰ ਮਹਿਸੂਸ ਕਰਦੇ ਨੇ ਡਰ ਮਹਿਸੂਸ ਕਰਦੇ ਨੇ ਮੈਨੂੰ ਸਟੇਜ ਨੇ ਸ਼ੁਰੂ ਤੋਂ ਬਹੁਤ ਨਿੱਗ ਦਿੱਤੀ ਹੈ ਮੈਨੂੰ ਹਮੇਸ਼ਾ ਆਪਣਾ ਆਪਣ ਨਜ਼ਰ ਆਇਆ ਹੈ ਨਾ ਸਟੇਜ ਦੇ ਵਿੱਚ ਸੋ ਮੈਨੂੰ ਐ ਲੱਗਿਆ ਕਿ ਇਟ ਸ਼ੇਪਡ ਅ ਮੀ ਸੋ ਉਹ ਉਹ ਚੀਜ਼ ਜਿਹੜੀ ਆ ਤੁਹਾਨੂੰ ਵੀ ਜ਼ਾਹਰ ਹੈ ਕਿ ਨਜ਼ਰ ਆਈ ਹੋਣੀ ਹੈ ਉਹਦੀ ਉਹਦਾ ਕੀ ਕਾਰਨ ਸੀ ਕੀ ਕਰਦੇ ਵਿੱਚ ਕੋਈ ਇਹੋ ਜਿਹਾ ਮਾਹੌਲ ਸੀ ਪਰਫਾਰਮਿੰਗ ਆਰਟਸ ਦਾ ਪਹਿਲੀ ਵਾਰੀ ਕਿਉਂ ਲੱਗਿਆ ਕਿ this is where i belong ਜਿਵੇਂ ਸੱਚਦਾ ਸਾਧਕ ਕਰਦੇ ਵਿੱਚ ਮਾਹੌਲ ਤਾਂ ਨਹੀਂ ਸੀਗਾ ਬਟ ਮੇਰੀ ਮਦਰ ਬਹੁਤ ਕ੍ਰੀਏਟਿਵ ਨੇ ਬਟ ਉਹਨਾਂ ਦੇ ਟਾਈਮ ਚ ਲਾ ਲੋ ਕਿ ਇਨ ਐਕਸਪੋਜਰ ਨਹੀਂ ਮਿਲੇ ਨਾ ਮੌਕਾ ਨਹੀਂ ਮਿਲਿਆ ਲੇਕਿਨ ਉਹ ਲਿਖਦੇ ਵੀ ਸੀਗੇ ਅਜੇ ਵੀ ਲਿਖਦੇ ਆ ਥੋੜਾ ਥੋੜਾ ਨਾਈਸ ਤੇ ਬੋਲਦੇ ਵੀ ਸੀਗੇ اچھا ਤੇ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਉਹ ਮੈਨੂੰ ਸਟੋਰੀ ਦੱਸਦੇ ਆ ਕਿ ਕਈ ਵਾਰੀ ਉਹ ਕਾਲਜ ਤੋਂ ਵਾਪਸ ਆਂਦੇ ਹੁੰਦੇ ਸੀ ਤੇ ਉਹਨਾਂ ਦੀ ਨਾ 10 ਮਿੰਟ ਦੀ ਬਾਈਸਾਈਕਲ ਰਾਈਡ ਹੁੰਦੀ ਸੀ ਉਹ ਕਹਿੰਦੇ ਮੈਂ ਕਾਲਜ ਤੋਂ ਦੁਰਨਾ ਤੇ ਘਰ ਆਂਦੇ ਆਂਦੇ ਮੈਂ ਇੱਕ ਸ਼ੇਅਰ ਲਿਖ ਕੇ ਆਣਾ ਤੇ ਫਿਰ ਆ ਕੇ ਮੈਂ ਆਪਣੀ ਡਾਇਰੀ 'ਚ ਲਿਖਣਾ ਮੈਨੂੰ ਇੰਨੀ ਜੈਲਸੀ ਹੁੰਦੀ ਹੈ ਨਾ ਉਹਨਾਂ ਲੋਕਾਂ ਨਾਲ ਜੋ ਲਿਖ ਸਕਦੇ ਨੇ ਮੈਨੂੰ ਐ ਲੱਗਦਾ ਮੈਂ ਲਿਖ ਨਹੀਂ ਸਕਦੀ ਆਈ ਕੈਨਟ ਆਈ ਰੀਲੀ ਵਾਂਟ ਟੂ ਬੀ ਏਬਲ ਟੂ ਫਿਰ ਮੈਨੂੰ ਇਹ ਲੱਗਦਾ ਹੁੰਦਾ ਮੈਨੂੰ ਥੋੜੀ ਜਿਹੀ ਉਮੀਦ ਹੈ ਸਾਡੇ ਘਰ ਦੇ ਵਿੱਚ ਸਾਰੇ ਲੇਟ ਬਲੂਮਰ ਜਿਹਨੂੰ ਕਹਿੰਦੇ ਹਨ ਸਭ ਨੇ ਲੇਟ ਲਿਖਣਾ ਸ਼ੁਰੂ ਕੀਤਾ ਸੀਗਾ ਨਾਨਾ ਜੀ ਨੇ ਵੀ ਮਮ ਨੇ ਵੀ ਬ੍ਰਦਰ ਨੇ ਵੀ ਅਮ ਤੋਂ ਮੈਨੂੰ ਇਹ ਲੱਗਦਾ ਵੀ ਮੇਬੀ ਹੋ ਸਕਦਾ ਹੈ ਕਿ ਕਦੇ ਆਮਦ ਹੋਵੇ ਤੇ ਕਦੇ ਮੈਂ ਲਿਖਣਾ ਸ਼ੁਰੂ ਕਰ ਦਵਾਂ ਆਈ ਊਡ ਲਵ ਟੂ ਬਟ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਇਹ ਚੀਜ਼ ਜ਼ਰੂਰ ਮੰਨਦੀ ਹਾਂ ਕਿ एवरीवन ਇਜ਼ ਅ ਰਾਈਟਰ ਜੀ ਬਸ ਉਹ ਇੱਕ ਟ੍ਰਿਗਰ ਚਾਹੀਦਾ ਹੁੰਦਾ ਕਿ ਤੁਸੀਂ ਕਦੋਂ ਉਸ ਚੀਜ਼ ਨੂੰ ਜਾ ਕੇ ਐਕਸਪ੍ਰੈਸ ਕਰੋਗੇ ਸਾਵੀ ਸ਼ਰਮਾ ਦੀ ਇੱਕ ਬੁੱਕ ਆ ਆਈ ਲਵ ਥੈਟ ਬੁੱਕ ਐਂਡ ਉਹਦੀ ਓਪਨਿੰਗ ਹੈ एवरीवन ਇਜ਼ ਅ ਅ ਰਾਈਟਰ एवरीवन ਹੈਜ਼ ਅ ਸਟੋਰੀ ਟੂ ਟੈਲ एवरीवन ਹੈਜ਼ ਅ ਸਟੋਰੀ ਟੂ ਟੈਲ ਆਈ ਟਰੂਲੀ ਬਲੀਵ ਥੈਟ ਆਈ ਡੋਨਟ ਨੋ ਅਬਾਊਟ ਦ ਰਾਈਟਰ ਪਾਰਟ ਮੈਨੂੰ ਦ ਰੀਜ਼ਨ ਆਈ ਸਟਾਰਟਡ ਦ ਪੋਡਕਾਸਟ ਜੇ ਦੇ ਵਿੱਚ ਇਹੀ ਕਾਰਨ ਸੀ ਕਿਉਂਕਿ ਮੈਨੂੰ ਆ ਲੱਗਦਾ ਹੁੰਦਾ ਥੈਟ एवरीबॉडी ਹੈਜ਼ ਅ ਸਟੋਰੀ ਟੂ ਟੈਲ ਔਰ ਉਸ ਸਟੋਰੀ ਦੇ ਨਾਲ ਕਿਤੇ ਨਾ ਕਿਤੇ ਆ ਸਾਡੀਆਂ ਵਲਨਰੇਬਿਲਟੀਜ਼ ਜੁੜੀਆਂ ਹੋਈਆਂ ਨੇ ਔਰ ਮੈਂ ਪਹਿਲੇ એપisode ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਡੀਆਂ ਵਲਨਰੇਬਿਲਟੀਜ਼ ਜਿਹੜੀਆਂ ਨੇ ਉਹ ਸਾਡਾ ਆਪਸ ਦਾ فاਸਲਾ ਦੂਰ ਕਰਦੀਆਂ ਨੇ ਹਾਂਜੀ ਅਮ ਫਾਸਟਲੀ ਆਪਾਂ ਐਜ਼ ਹਿਊਮਨਸ ਕ੍ਰੀਏਟ ਕਰ ਲੈਂਦੇ ਆ ਪਰ ਜਦੋਂ ਤੁਸੀਂ ਇਨਸਾਨ ਨਾਲ ਗੱਲ ਕਰਨੀ ਸ਼ੁਰੂ ਕਰਦੇ ਹੋ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਕਿ ਦਰਅਸਲ ਸਾਡੇ 'ਚ ਜਿਹੜੀਆਂ ਕਾਮਨੈਲਿਟੀਜ਼ ਆ ਉਹ ਜ਼ਿਆਦਾ ਹੈ ਉਹ ਜ਼ਿਆਦਾ ਨਹੀਂ ਡਿਫਰੈਂਸਿਸ ਹੈ ਬਹੁਤ ਘੱਟ ਨੇ ਹੈਨਾ ਬਹੁਤ ਜ਼ਿਆਦਾ ਪਰ ਇਹ ਜਿਹੜਾ ਐਫਰਟ ਹੈ ਇਹ ਨਹੀਂ ਕਰ ਪਾਉਂਦੇ बचपन के वो जैसी भूमिका के के हो जा बच्चा सी शाये सी आउट सी जिस स्टेज नो प्यार कर दे सी तो जाहर है कि आउटगोइंग होंगे है ना मेरा बचपन एक्चुअली काफी ड्यूअलिटी वाला सीगा स्टेज थे मैं बहुत आउटस्पोकन सी ही जो बोलना चांदी सी वो बोल दी भी सी ही कॉन्फिडेंस भी बढ़ा सी पर अदरवाइज आई वाज वेरी इंट्रोवर्ट उधर कारण सी कि मैं प्लस साइज सी हमेशा तो लाइक जिन्नी क याद शायद चार साल की उम्र तो हमेशा तो आई हैव बिन ओवरवेट वो करके बुलिंग बहुत हुई बॉडी शेविंग बहुत हुई तो एक ना लोग ने दवार जी बनाती कि ये साढ़े तो अलग आ देर इज समथिंग डिफरेंट विद हर उस करके जो तो मैं स्टेज पर जाती थी ना पूछे कि स्टेज न इन्ना प्यारा तो हो सो स्टेज ने मैंने ऑप्शन दिता टू बी माई सैल्फ ਤੁਹਾਨੂੰ ਇਹ ਲੱਗੇ ਕਿ ਕੋਈ ਜਜਮੈਂਟ ਨਹੀਂ ਆ ਕੋਈ ਜਜਮੈਂਟ ਨਹੀਂ ਵਿਚ ਇਸਨ ਦੈਟ ਲਾਈਕ ਕੰਪਲੀਟਲੀ ਲਾਈਕ ਇਟ ਬਲੋਜ਼ ਮਾਈ ਮਾਈਂਡ ਕਿ ਦਿਸ ਸਟੇਜ ਤੇ ਤਾਂ ਤੁਸੀਂ ਸਾਰਿਆਂ ਦੇ ਸਾਹਮਣੇ ਹੋ ਹਾਂਜੀ ਹਨਾ ਤੇ ਮੈਨੂੰ ਨਹੀਂ ਪਤਾ ਉਹ ਮੇਰੇ ਨਾਲ ਕਿਉਂ ਹੋਇਆ ਬਟ ਮੈਂ ਬਹੁਤ ਜ਼ਿਆਦਾ ਸ਼ੁਕਰ ਮਨਾਉਂਦੀ ਆ ਉਸ ਚੀਜ਼ ਦਾ ਕਿ ਉਹ ਮੇਰੇ ਨਾਲ ਹੋਇਆ ਬਿਕਾਜ਼ ਅਦਰਵਾਇਜ਼ ਮੇਰੀ ਲਾਈਫ ਬਹੁਤ ਡਿਫਰੈਂਟ ਹੋਣੀ ਸੀ ਹੈਨਾ ਤੇ ਬੁਮੇ ਕਾ ਕਦੋਂ ਇਹ ਸਾਸ ਹੋਣਾ ਸ਼ੁਰੂ ਹੋਇਆ ਇਸ ਚੀਜ਼ ਦਾ ਕਿ ਮੈਨੂੰ ਬਾਕੀਆਂ ਨਾਲੋਂ ਵੱਖਰਾ ਸਮਝਿਆ ਜਾ ਰਿਹਾ ਆਈ ਥਿੰਕ ਮੈਂ 6 ਸੀ 7 ইয়ারਸ ਦੀ ਹੋਣੀ ਆ। ਹੂੰ। ਉਹਦੋਂ ਤੋਂ ਇਹ ਸਾਸ ਹੋ ਗਿਆ ਸੀ। ਕੋਈ ਇਹੋ ਜਿਹਾ ਇਨਸੀਡੈਂਟ ਹੋਈ ਸੀ, ਕੋਈ ਇਹੋ ਜਿਹਾ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇਹ ਚੀਜ਼। ਕਿਉਂਕਿ ਕਈ ਵਾਰ ਦ ਰੀਜ਼ਨ ਆਮ ਆਸਕਿੰਗ ਇਸ ਕਈ ਵਾਰੀ ਆਪਾਂ 셀ਫ ਕ੍ਰਿਟੀਕਲ ਬਾਥ ਹੁੰਨੇ ਆ। ਆਪਾਂ ਆਪਣਾ ਕਈ ਚੀਜ਼ਾਂ ਆਪਾਂ ਆਪਣੇ ਦਿਮਾਗ ਦੇ ਵਿੱਚ ਜਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਦੇਖਦੇ ਆ ਨਾ ਕਈ ਵਰੀ ਲੋਕੀ ਆਪਾਂ ਨੂੰ ਉਸ ਤਰ੍ਹਾਂ ਨਹੀਂ ਦੇਖ ਰਹੇ ਹਾਂ ਜੀ ਸੋ ਕੋਈ ਇਹੋ ਜਿਹੇ ਤਜਰਬੇ ਹੋਏ ਜਿੱਤੋਂ ਪਤਾ ਲੱਗ ਗਿਆ ਕਿ ਨਹੀਂ ਲੋਕੀ ਹੱਸਦੇ ਸੀਗੇ ਨੈਗੇਟਿਵ ਵੇਜ ਜਦੋਂ ਆਪਾਂ ਕਹਿੰਦੇ ਨੇ ਕਿਸੇ ਨੇ ਟੰਗ ਕੱਸਣਾ ਜਿੱਦਾ ਹੁੰਦਾ ਉਸ ਤਰ੍ਹਾਂ ਹੱਸਦੇ ਸੀਗੇ ਐਂਡ ਮੈਂ ਹਾਰਡਲੀ 25 ਸਾਲਾਂ ਦੀ ਸੀਗੀ ਪ੍ਰੀ ਨਰਸਰੀ ਕੇਜੀ ਚ ਹੋਣੀ ਆ ਮੈਂ 25 ਸਾਲਾਂ ਦੇ ਬੱਚੇ ਦਾ ਮਜ਼ਾਕ ਉਡਾਇਆ ਜਾ ਰਿਹਾ ਹਾਂ ਜੀ ਸੋ ਇਹ ਮਜ਼ਾਕ ਡੇ ਬਾਕੀ ਬੱਚੇ ਉਡਾ ਰਹੇ ਨੇ ਬੱਚੇ ਵੀ ਉਡਾ ਰਹੇ ਨੇ ਤੇ कहोंगी कि वजाक तो नहीं उड़ाया पर गल इन कही जिदा जो आप कितने जाना किसी फंक्शन से तो लोगों ने मेरी मम्मी आके पुछना भी सॉरी तो okay. <laughs> no, okay. तो के थोड़े बच्चे कोई कमी है कि वो अलग गा तो दिखती है वो तो एहसास होया कि

मोमडैड हो रवैया जो कोई करता यह कॉमेंट प्रोटेक्टिव उन्होंने हमेशा मेरी साइड ही है बट mm -hmm. उन्होंने मैनू इस चीज़ तो बचाने की भी कोशिश की इन देयर ओन वे लाइक उन्होंने लाइक जस्ट नॉट मोम डैड फैमिली ने उन्होंने कहना कि यू नो एक्सरसाइज कर ला या थोड़ा देख के खा उस टाइम जो सच गल कह उस टाइम बहुत हर्ट कर दी सी। क्योंकि तो दस साल दे बच्चे स्कूल तो आया है ना उन पुछते भी कि दिन कि रहा बल्कि घर आके उ सिर त अगली टेंशन है आ कि मैं तो जाके हम हाई एक्सरसाइज करनी पैनी सो बट नाउ एज आई हैव ग्रोन अप i understand ke oh mainu ik tarah is cheez to prevent karan di koshish kar rahe se yeah so i don't blame them hmm. but par kyunki na tumsi already tode nal eh ho jiyan cheezan ho chukiyan hundiyan ne jis to tumsi hurt hunde ho har choti cheez us to baad ta tumsi us nu sirf ik nazar to dekh deo ke eh isli keh rahe ne kyunki ina waste main ਓਵਰ weight ਹਾਂਜੀ 100% ਸੋ ਤੁਸੀਂ ਉਸ ਤਰ੍ਹਾਂ ਸ਼ੁਰੂ ਕਰ ਦੇਣਾ ਉਸ ਚੀਜ਼ ਨੂੰ ਦੇਖਣਾ ਨਾਨਕੇ ਕੀ ਗੱਲ ਹੋਈ ਸੀ ਨਾਨਕੇ ਨਾਨੀ ਜੀ ਇੱਕ ਵਾਰੀ ਚੂਰੀ ਜਿਹੜੀ ਉਹ ਬੱਚੇ ਨੂੰ ਦੇ ਰਹੇ ਸੀ ਉਹ ਇਨਸੀਡੈਂਟ ਮੈਨੂੰ ਦੱਸੋ ਉਹ ਇਨਸੀਡੈਂਟ ਇਦਾਂ ਸੀਗਾ ਜੀ ਕਿ ਮੈਂ ਆਪਣੇ ਨਾਨਕੇ ਘਰੇ ਗਈ ਹੋਈ ਸੀ ਜਿੱਦਾਂ ਆਪਾਂ ਗਰਮੀਆਂ ਦੀ ਛੁੱਟੀਆਂ 'ਚ ਜਾਂਦੇ ਸੀ ਤੇ ਮੇਰੀ ਨਾਨੀ ਜੀ ਚੂਰੀ ਬਹੁਤ ਵਧੀਆ ਬਣਾਉਂਦੇ ਆ ਤੇ ਜਿਹੜਾ ਮੇਰਾ ਕਜ਼ਨ ਬ੍ਰਦਰ ਆ ਉਹਨੂੰ ਬਹੁਤ ਸ਼ੌਂਕ ਹੁੰਦਾ ਸੀ ਨਾ ਚੂਰੀ ਖਾਣ ਦਾ ਹੁਣ ਤਾਂ ਵੱਡਾ ਹੋ ਗਿਆ ਉਹਦਾ ਵਿਆਹ ਵੀ ਹੋ ਗਿਆ सो so, सारे बच्चों चोरी बनाई सब दे सबू देती सारे हाँ जी तो मैं आके ना छु घट दी एज कंपेयर टू बाकिया थो एंड उन्होंने मैनू प्यार समझाया यहीं कि डांटे या कुछ उन्होंने कहा कि बी मेरी नानी जी ने नहीं किसी होर ने होर भी कोई रैलेटिव घर आए हुए वो ब सारू ड्रीब्यूट करते हुए तो उन्होंने मैं क्या कि पुत तू थोड़ी जी भारी है ना oh करके ਉਹ ਥੋੜਾ ਘੱਟ ਖਾ ਐਂਡ ਆਈ ਵਾਸ ਲਾਈਕ ਵਾਓ ਕੀ ਮਤਲਬ 12 13 ਸਾਲ ਦੀ ਹੋਣੀ ਐ ਮੈਂ ਤੇ ਮੇਰੇ ਨਾਲ ਦੇ ਦਿਨਾਲੂ ਇੰਨਾ ਡਿਫਰੈਂਟ ਸਿਰਫ ਇੱਕ ਚੋਰੀ ਵਿੱਚ ਕਿਸੇ 12 13 ਸਾਲ ਦੇ ਬੱਚੇ ਨੂੰ ਇਹ ਕਹਿ ਰਹੇ ਤੂੰ ਘੱਟ ਖਾ ਉਹ ਮੈਂ ਉਹ ਅੱਛਾ ਥਿਸ ਇਜ਼ ਵਾਟ ਆਈ ਨੀਡ ਪੀਪਲ ਟੂ ਅੰਡਰਸਟੈਂਡ ਇਹ ਬਹੁਤ ਜ਼ਰੂਰੀ ਹੈ ਹਾਂਜੀ ਮਜ਼ਾਕ ਮਜ਼ਾਕ ਦੇ ਵਿੱਚ ਘਰ ਦੇ ਵਿੱਚ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਕਹਿ ਜਾਣੀਆਂ ਜੋ ਆਪਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਹੈ ਹੀ ਨਹੀਂ ਉਹਨਾਂ ਦੀ ਉਮਰ ਹੀ ਨਹੀਂ ਹੈ ਸੋ ਜੇ ਅਸੀਂ ਕਹਿ ਵੀ ਦਿੱਤਾ ਤਾਂ ਬਹੁਤਾ ਫਰਕ ਨਹੀਂ ਪੈਣਾ ਚਾਈਲਡਹੂਡ ਟਰਾਮਾ ਇੱਕ ਇਹੋ ਜੀ ਵੱਡੀ ਚੀਜ਼ ਹੈ ਕਿ ਤੁਹਾਡੀ ਜ਼ਿੰਦਗੀ ਸ਼ੇਪ ਕਰਦਾ ਬਿਲਕੁਲ 100% ਤੁਸੀਂ ਜਿਹੜੀ ਐਕਸਪੀਰੀਐਂਸਸ ਤੋਂ ਲੰਘਦੇ ਹੋ ਜੋ ਚੀਜ਼ਾਂ ਲੋਕਾਂ ਨੇ ਤੁਹਾਨੂੰ ਕਹੀਆਂ ਹੁੰਦੀਆਂ ਨੇ ਤੁਹਾਡੇ ਕੌਨਫੀਡੈਂਸ ਦੇ ਵਿੱਚ ਤੁਹਾਡੀ ਸ਼ਖਸੀਅਤ ਦੇ ਵਿੱਚ ਉਹ ਸਾਰੀ ਉਮਰ ਰਹਿੰਦੀਆਂ ਨੇ 100% ਔਰ ਕਿੰਨੀ ਆਮ ਚੀਜ਼ ਹੈ ਇੰਡੀਆ ਦੇ ਵਿੱਚ ਬੱਚਾ ਜ ਬੱਚੇ ਦਾ ਜ ਰੰਗ ਕਾਲਾ ਉਹਦਾ ਨਾਂ ਰੱਖ ਦੋ ਨਿਕਨੇਮ ਰੱਖ ਦੋ ਜੀ ਬੱਚਾ ਹਾਂ ਹਾਂਜੀ ਬੱਚੇ ਯੂ نو ਕੱਦ ਛੋਟਾ ਹੈ ਤਾਂ ਛੋਟੂ ਕਹਿਣਾ ਸ਼ੁਰੂ ਕਰ ਦੋ ਨਾ ਤਾਂ ਕਹਿਣਾ ਸ਼ੁਰੂ ਕਰ ਦੋ ਇਟਸ ਅਨ ਰੀਅਲ ਟੂ ਮੀ ਕਿ ਤੁਸੀਂ ਬੱਚੇ ਨਾਲ ਕੀ ਕਰ ਰਹੇ ਹੋ ਤੁਹਾਨੂੰ ਇਹ ਪਤਾ ਵੀ ਨਹੀਂ ਹੈ ਬਿਲਕੁਲ ਵੀ ਨਹੀਂ ਪਤਾ ਕਿਉਂਕਿ ਜਦੋਂ ਮੈਂ ਨਾ ਸਾਈਕੋਲੋਜੀ ਚ ਮੇਰਾ ਬਹੁਤ ਇੰਟਰਸਟ ਆ ਮੈਂ ਰੀਸੈਂਟਲੀ ਪੂਰਾ ਕੋਰਸ ਵੀ ਕੀਤਾ ਇੰਟਰੋ ਟੂ ਸਾਈਕੋਲੋਜੀ ਅੱਛਾ ਤੇ ਉਹਦੇ ਚ ਮੈਂ ਪੜਿਆ ਕਿ ਸਾਡੀ ਬ੍ਰੇਨ ਦੀ ਜਿਹੜੀ ਮੋਸਟਲੀ ਡਵੈਲਪਮੈਂਟ ਹੁੰਦੀ ਆ ਉਹ ਆਲਮੋਸਟ 10 ਤੋਂ 15 ਸਾਲ ਤੱਕ ਹੁੰਦੀ ਆ। ਉਹਦੇ ਬਾਅਦ ਆਪਾਂ ਲਾਈਫ ਦੇ ਐਕਸਪੀਰੀਐਂਸਸ ਨਾਲ ਆਬਵੀਅਸਲੀ ਚੇਂਜ ਹੁੰਦੇ ਆ। ਬਟ ਜਿਹੜੀ ਬਨਾਵਟ ਜਾਂ ਇੱਕ ਬੇਸ ਬਣਨਾ ਹੁੰਦਾ ਉਹ ਉਸ ਏਜ 'ਚ ਬਣ ਜਾਂਦਾ। ਹੁਣ ਤੁਸੀਂ ਸੋਚੋ ਕਿ ਜੇ ਉਸ ਏਜ 'ਚ ਬੰਦੇ ਨੂੰ ਬਿਜਾਏ ਕਿ ਪਿਆਰ ਦੇ। ਸਿਰਫ ਤਾਨੇ ਜਾਂ ਕਸ ਜਾਂ ਫਿਰ ਟੌਨਸ ਸੁਣਨ ਨੂੰ ਮਿਲਣਗੇ। ਉਸ ਬੱਚੇ ਦੀ ਬ੍ਰੇਨ ਤੇ ਕੀ ਹੋਊਗਾ? ਹੈਨਾ? ਜਿੱਦ ਮੈਨੂੰ ਸਾਰੇ ਨਾ ਮੈਂ 29 ਸਾਲਾਂ ਦੀ ਹੋ ਜਾਣਾ। ਆਈ ਫੀਲ ਸੋ 올ਡ। don't don't let's not talk about age And don't say you feel old it's <laughs> <That's> not allowed i'll be 29 in like few months <laughs> but mainu na shuru to sare kehnde ke bhi apni age to zyada mature gallan kardi aa ਮੈਂ ਕਿਆ ਤੁਸੀਂ ਕੀਤਾ ਬਈ ਕਿ ਬਚਪਨਾ ਤਾਂ ਕਦੀ ਦੇਖਣ ਹੀ ਨਹੀਂ ਦਿੱਤਾ ਐਗਜ਼ੈਕਟਲੀ ਤੁਸੀਂ ਮਚੁਰ ਕੀਤਾ ਸਰਕਮਸਟੈਂਸਸ ਨੇ ਮਚੁਰ ਮੈਂ ਕਿਆ ਜੇ ਬੱਚੇ ਨੇ ਬਚਪਨਾ ਹੀ ਨਹੀਂ ਦੇਖਿਆ ਉਹਨੇ ਫਿਰ ਮੈਚਿਉਰੀ ਹੋਣਾ ਸੀ ਹੋਰ ਕੀ ਕਰਨਾ ਸੀ ਜਦੋਂ 5-6 ਸਾਲ ਦੀ ਭੂਮਿਕਾ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਸੀ ਕੀ ਕੀ ਦੱਸਦਾ ਸੀ ਉਸਨੂੰ ਕੁਝ ਵੀ ਨਹੀਂ ਦੱਸਦਾ ਸੀ ਐਕਚੁਅਲੀ ਇੱਕ ਨਾ ਇੱਕ ਫੇਜ਼ ਸੀ ਯਾ ਸੀਗਾ ਬਸ ਕਿ ਬਈ ਪਤਾ ਨਹੀਂ ਕੀ ਆ ਕਿ ਕਿਸ ਤਰ੍ਹਾਂ ਸਮਝਦਾ ਨਹੀਂ ਸੀ ਕਿ ਹੋ ਕੀ ਰਿਹਾ ਸੋ ਇੱਕ ਕਨਫਿਊਜ਼ਨ ਦਿਸਦੀ ਸੀ ਕਿ ਵੀ ਚੱਕਰ ਕੀ ਆ ਕਾ ਤੋ ਸਾਰੇ ਇਦਾਂ ਕਹੀ ਜਾਂਦੇ ਹਨ ਕਿਉਂਕਿ ਇੱਕ ਤਾਂ ਕੌਨਫੀਡੈਂਟ ਬੱਚਾ ਹੈ ਅੰਦਰ ਹੈ ਨਾ ਹੈ ਨਾ ਕਿ ਆਪਣੇ ਆਪ ਤੇ ਵਿਸ਼ਵਾਸ ਵੀ ਹੈ ਪਰਫਾਰਮਿੰਗ ਆਰਟਸ ਨਾਲ ਪਿਆਰ ਵੀ ਹੈ ਉਹ ਬੱਚਾ ਹੈ ਤੇ ਇੱਕ ਉਹ ਬੱਚਾ ਹੈ ਜਿਹਨੂੰ ਲੋਕੀ ਆਪਣੀਆਂ ਨਜ਼ਰਾਂ ਦੇ ਨਾਲ ਦੇਖ ਰਹੇ ਨੇ ਐਗਜੈਕਟਲੀ ਜਦੋਂ ਮੈਂ ਨਾ ਫਾਰ ਇਗਜ਼ਾਮਪਲ ਬੱਸ 'ਚ ਜਾਣਾ ਹੁੰਦਾ ਸੀ ਸਕੂਲ ਤੇ ਮੈਂ ਬੱਸ 'ਚ ਚੜ੍ਹਦੀ ਹੁੰਦੀ ਸੀ ਹਨ ਤੇ ਮੈਂ ਬੱਸ 'ਚ ਚੜ੍ਹਣਾ ਨਾ ਲੋਕਾਂ ਨੇ ਸਪੈਸ਼ਲੀ ਮੁੰਡਿਆਂ ਨੇ ਹੱਸਣਾ ਸ਼ੁਰੂ ਕਰ ਦੇਣਾ ਕਿ ਜਿੰਦਾ ਭਾਰੀ ਹੈ ਨਾ ਸੋ ਵੈਸੇ ਤਾਂ ਮੈਂ ਕਿੰਨੀ ਘ ਭਾਰੀ ਹੋਣੀ ਹੈ ਕਿੰਨੀ ਵੱਡੀ ਬੱਸ ਹੁੰਦੀ ਸੀ ਉਹਦੇ ਤੇ ਮੇਰੇ ਚੜਨ ਨਾਲੋਂ ਬਸਣੇ ਕਿੱਥੇ ਏ ਲੈਣਾ ਹੈ ਨਾ ਬਟ ਉਹਨਾਂ ਨੇ ਮਜ਼ਾਕ ਬਣਾ ਦੇਣਾ ਕਿ ਅੰਡਰਟੇਕਰ ਆ ਗਈ oh my god ਤੇ ਇਹਦਾ ਸਭ ਹੋ ਗਿਆ ਹੈ ਨਾ ਸੋ obviously ਫਿਰ ਕੌਨਫੀਡੈਂਸ ਤੇ ਤਾਂ ਅਸਰ ਪੈਣਾ ਹੀ ਹੈ ਕਦੋਂ ਪੈਣਾ ਸ਼ੁਰੂ ਹੋਇਆ ਸਰ ਤੇ ਕਿਹੋ ਜਿਹਾ ਜਿਹੜਾ ਕੌਨਫੀਡੈਂਸ ਉਹ ਡਾਮੰਡੋਲ ਹੋਣਾ ਸ਼ੁਰੂ ਹੋਇਆ ਜੇ ਮੈਂ ਸੱਚ ਦੱਸਾਂ ਤੇ ਤੁਸੀਂ ਜੇ ਕਿਸੇ ਬੰਦੇ ਨੂੰ ਜਾ ਕੇ ਪੁੱਛੋਗੇ ਨਾ ਜਿਹੜਾ ਮੇਰੇ ਸਕੂਲ ਤੇ ਜਮੇ ਨਾਲ ਸੀਗਾ ਕਾਲਜ ਉਹ ਨਹੀਂ ਕਹਿਣਗੇ ਕਿ ਮੇਰੇ ਅੰਦਰ ਕੌਨਫੀਡੈਂਸ ਨਹੀਂ ਸੀਗਾ ਸਟੇਜ ਤੇ ਨਹੀਂ ਕੌਨਫੀਡੈਂਟ ਹੈ ਤੇ ਲਾਈਫਸ ਤੇ ਵੀ ਕਦੇ ਕਿਸੇ ਨੂੰ ਨਹੀਂ ਦਿਖਾਇਆ ਮੈਂ ਨਾ ਆਪਣਾ ਸਰਕਲ ਹਮੇਸ਼ਾ ਬਹੁਤ ਛੋਟਾ ਰੱਖਿਆ ਮੇਰੇ ਗਿਣਤੀ ਦੇ ਯਾਰ ਨੇ ਜਿੱ ਤੱਕ ਕਹਿੰਦੇ ਆ ਤੇ ਉਹੀ ਨੇ ਬਚਪਨ ਤੋਂ ਮੋਸਟਲੀ ਤੇ ਅੱਜ ਵੀ ਉਹੀ ਨੇ ਤੇ ਆ ਉਹੀ 4-5 ਬੰਦਿਆਂ ਨੇ which you're blessed to have Yeah. I, I am yeah. I am yeah. and this goes out for all of them they know who they are <laughs> so I am blessed because vulnerability I know ke sanu bahut connect kar diya but har koi samajhda nahi twadi vulnerability nu aur tusi har kise de samne vulnerability saanjhi bhi nahi kar sakde bilkul so yeah. meri friend hundi si Harman haje vi hai sanu jaande hoye 10 12 saal ho gaye ohne dekhya sara kuch bachpan to okay ਸੋ ਉਹਦੇ ਸਾਹਮਣੇ ਸਾਰਾ ਕੁਝ ਓਪਨ ਸੀਗਾ ਹੈਨਾ ਉਹਦੇ ਨਾਲੋਂ ਕਦੇ ਕੁਝ ਨਹੀਂ ਲਕੋਇਆ ਬਟ ਜੇ ਤੁਸੀਂ ਮੇਰੇ ਕਲਾਸਮੇਟਸ ਨੂੰ ਜਾ ਕੇ ਪੁੱਛੋਗੇ ਕਿ ਭੂਮਿਕਾ ਕੌਨਫिडेंस ਨਹੀਂ ਸੀਗਾ ਨਾ ਨਹੀਂ ਕਿਹੜਾ ਝੂਠ ਬੋਲਦੇ ਤੁਸੀਂ ਆਪਾਂ ਮੰਨੀ ਨਹੀਂ ਸਕਦੇ ਇਹ ਗੱਲ ਸੋ ਸੋ ਇੱਕ ਤਾਂ ਉਹ ਸੀ ਅਮ ਪਰਸਨੈਲਿਟੀ ਜਿਹੜੀ ਲੋਕਾਂ ਸਾਹਮਣੇ ਸੀ ਇੱਕੋ ਪਰਸਨੈਲਿਟੀ ਸੀ ਜਿਹੜੀ ਇਕੱਲੇ ਜਦੋਂ ਤੁਸੀਂ ਹੁੰਨੇ ਹੋ ਉਹ ਉਹ ਭੂਮਿਕਾ ਕਿੰਨਾ ਖੋਰ gsi ਦੋਨਾਂ ਦੇ ਵਿੱਚ ਜਮੀਨ ਅਸਮਾਨ ਦਾ लाइक कंट्रास्ट है बिल्कुल बिकॉज़ uh, जिन्ना मैं कॉन्फिडेंट अपने आप या जिन्ना सक्षम अपने आप नो करती सी, उस तो बिल्कुल अपोजिट मैं अपने कमरे फील करती सी। कमरे कि वर्थलेस। मैंने ना सारे सी कि तू कमरे रेंती है सारा दिन बाहर नहीं आती hmm. मैं क्या आई फील सेफ देयर नज क जज मी no one is going to make fun of me and uh, i used to allow only harman to come to my room ਕਿ ਕਿ ਉਹਨੂੰ ਸਮਝਦੀ ਸੀ ਉਹ ਸਮਝਦੀ ਸੀ ਆਪਾਂ ਨਾ ਇਦਾਂ ਗਲੀ ਚ ਰਹਿੰਦੇ ਹੁੰਦੇ ਸੀ ਤੇ ਉਹ ਕੰਧ ਟੱਪ ਕੇ ਆਉਂਦੀ ਉਹ ਮੈਂ ਲਵ ਇਟ ਅੱਛਾ ਇਹ ਤਾਂ ਫਿਰ ਪੱਕੀ ਸਹੀ ਹੈ ਇਹ ਤਾਂ ਪੱਕੀ ਸਹੀ ਹੈ ਹਾਂ ਕੰਧ ਟੱਪ ਕੇ ਆਉਂਦੀ ਕਈ ਵਾਰ ਰਾਤ ਨੂੰ 10 1 ਵਜੇ ਮੇਰਾ ਮੂਡ ਖਰਾਬ ਹੋ ਜਾਣਾ ਜਾਂ ਕੁਝ ਕੋਈ ਗੱਲ ਹੋ ਜਾਣੀ ਹੈ ਨਾ ਮੈਂ ਫੋਨ ਕਰਨਾ ਮੈਂ ਕਿਹਾ ਆ ਜਾ ਉਹਨੇ ਕੰਧ ਟੱਪ ਕੇ ਆਣਾ ਵਿਦਆਊਟ ਆਸਕਿੰਗ ਵਿਦਆਊਟ ਆਸਕਿੰਗ ਉਹ ਨਿਆਣਾ ਤੇ ਸਾਰੇ ਨੂੰ ਹੀ ਪਤਾ ਸੀ ਕਿਉਂਕਿ ਗਲੀ ਚ ਮੋਹੱਲੇ ਚ ਪਤਾ ਹੀ ਹੁੰਦਾ ਤੇ ਜਿਨ੍ਹਾਂ ਦੀ ਕੰਡ ਟੱਪ ਤੱਕਿਆ ਨਹੀਂ ਸੀ ਉਹਨੇ ਕਹਿਣਾ ਸ਼ੁਰੂ ਕਰਤਾ ਵੀ ਤੁਹਾਡੇ ਲਈ ਉੱਪਰ ਹੀ কুরਸਾ ਲਿਆ ਦੇ। ਸੋ ਬਟ ਯਾ ਦਾ ਭੂਮਿਕਾ ਇਨ ਰੂਮ ਵਾਸ ਵੈਰੀ ਡਿਫਰੈਂਟ ਸ਼ੀ ਫੈਲਟ ਵਰਥਲੈਸ ਸ਼ੀ ਫੈਲਟ ਕਿ ਸ਼ਾਇਦ ਲਾਈਫ ਹਮੇਸ਼ਾ ਦੇ ਤੋਕ ਐਂਡ ਸ਼ੀ ਹੇਟਿਡ ਹਰਸੈਲਫ ਥੈਟਸ ਸਭ ਤੋਂ ਵੱਡੀ ਗੱਲ ਹੋਵਾ

ਤੇ ਨਾ ਮੈਂ ਇਹ ਕਹਾਂਗੀ ਕਿ ਮੈਂ ਨਾ ਗਿਵ ਅਪ ਵੀ ਕਰਤਾ ਸੀ اچھا ਕਿਉਂਕਿ ਤੁਸੀਂ ਲੈ ਲਓ ਕਿ 10 ਤੋਂ ਲੈ ਕੇ 17 18 ਸਾਲ ਦੀ ਉਮਰ ਤੱਕ ਨਾ ਐਕਸਰਸਾਈਜ਼ ਕਰ ਲਾ ਘਟ ਖਾਇਆ ਕਰ ਏਦਾਂ ਕਰਿਆ ਕਰ ਉਦਾਂ ਕਰਿਆ ਸਾਰੀ ਉਮਰ ਇਹੀ ਸੁਣਿਆ ਸਾਰੀ ਉਮਰ ਇਹੀ ਸੁਣਿਆ ਹੈਨਾ ਸਾਰੀ ਚਾਈਲਡਹੂਡ ਜਿੱਤ ਜਿੱਤਾ ਹੀ ਨਹੀਂ ਮਤਲਬ ਨਾ ਕਦੇ ਕੁਝ ਖਾਇਆ ਮੇਰੇ ਨਾਲ ਦੇ ਲੋਕਾਂ ਦੀ ਪਲੇਟ ਚ ਦੋ ਰੋਟੀ ਹੁੰਦੀ ਸੀ ਮੇਰੇ ਚ ਇੱਕ ਹੁੰਦੀ ਸੀ ਮੈਨੂੰ ਫੇਰ ਵੀ ਲੱਗਦਾ ਸੀ ਕਿ ਉਹਨੇ ਕਹਿਣਾ ਮੈਂ ਜ਼ਿਆਦਾ ਖਾਂਦੀ ਆ ਤਾਂ ਕਰਕੇ ਮੈਂ ਮੋਟੀ ਆ ਇਨ ਸਟ੍ਰੇਟ ਸਿੰਪਲ ਵਰਡਸ ਹੈਨਾ ਤੇ ਲੋਕੀ ਕਹਿੰਦੇ ਵੀ ਸੀਗੇ ਤੇ ਜਿਹੜਾ ਬਚਪਨ ਹੁੰਦਾ ਇੰਜੋਏ ਕਰਨ ਦਾ ਉਹ ਤਾਂ ਕਦੇ ਕੀਤਾ ਨਹੀਂ ਉਹ ਤਾਂ ਹਮੇਸ਼ਾ ਸਟ੍ਰੈਸ 'ਚ ਕੱਢਿਆ ਸੋ ਐਕਸਰਸਾਈਜ਼ ਤੇ ਡਾਈਟਿੰਗ ਦਾ ਤੁਹਾਡੇ ਘਰ ਦੇ ਆਬਵੀਅਸਲੀ ਕਿਉਂਕਿ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਕਰੂਗੀ ਆਪਣਾ ਧਿਆਨ ਰੱਖੋਗੀ ਤਾਂ ਹਾਂ ਉਹ ਵੀ ਯਾ ਸ਼ੀਲ ਫੀਲ ਬੈਟਰ ਹੈ ਨਾ ਤੇ ਨਾਲੇ ਅਨਸੋਲਿਡ ਇਸ ਐਡਵਾਈਸ ਲਾਈਕ ਲੋਕਾਂ ਨੇ ਚਲਤੇ ਫਿਰਤੇ ਕੁਝ ਵੀ ਕਹਿ ਦੇਣਾ ਕਿ ਇਦਾਂ ਕਰਿਆ ਕਰੋ ਇਦਾਂ ਕਰਿਆ ਕਰੋ ਸੋ ਵੈਨ ਆਈ ਟਰਨ 17 অর 18 ਆਈ ਵੂਡਨਟ ਸੇ ਕਿ ਮੈਂ ਪੋਜੀਟਿਵਲੀ ਚੇਂਜ ਹੋਈ ਮੈਂ ਸਭ ਕੁਝ ਗਿਵ ਅਪ ਹੀ ਕਰਤਾ ਅੱਛਾ ਮੈਂ ਕੀ ਕਰ ਲਓ ਜੋ ਕਰਨਾ ਮੈਨੂੰ ਕਰ ਲਓ ਜੋ ਕਰਨਾ ਮੇਰੇ ਬਸਾਈਜ਼ ਕਰਨੀ ਮੇਰੇ ਬਸਦਾ ਨਹੀਂ ਹੈਗਾ ਕਿਉਂਕਿ ਉਹ ਨਫ਼ਰਤ ਹੋ ਗਈ ਨਾ ਤੁਸੀਂ ਉਹ ਐਕਸਰਸਾਈਜ਼ ਨੂੰ ਤੇ ਹੈਲਥੀ ਈਟਿੰਗ ਨੂੰ ਕਿਸੇ ਨੇ ਸਮਝਾਇਆ ਹੀ ਨਹੀਂ ਹਾਂ ਇਹ ਨਹੀਂ ਸਮਝਾਇਆ ਵੀ ਤੁਸੀਂ ਆਪਣੀ ਸਿਹਤ ਵਾਸਤੇ ਕਰ ਰਹੇ ਹੋ ਇਹ ਉਹ ਕਿਉਂਕਿ ਉਹਦਾ ਰੀਜ਼ਨ ਹੀ ਤੁਹਾਨੂੰ ਐਂ ਦੱਸਿਆ ਵੀ ਤੂੰ ਜੇ ਸੋਹਣਾ ਦਿਸਣਾ ਤਾਂ ਤੁਹਾਨੂੰ ਆ ਕਰਨਾ ਪੈਣਾ ਸੋਹਣਾ ਦਿਸਣਾ ਤੇ ਨਾਲੇ ਕਿ ਤੇਰੇ ਚ ਕੋਈ ਕਮੀ ਆ ਤੂੰ ਸਾਡੇ ਤੋਂ ਅਲਗ ਆ ਤਾ ਕਰਕੇ ਤੋਂ ਐਕਸਰਸਾਈਜ਼ ਕਰਨੀ ਆ ਬਿਕਾਜ਼ ਇਹ ਹੁਣ ਟ੍ਰੈਂਡ ਬਣਿਆ ਕਿ ਹੈਲਦੀ ਹੋਣ ਲਈ ਲੋਕੀ ਐਕਸਰਸਾਈਜ਼ ਕਰਦੇ ਆ ਪਹਿਲਾ ਇਹ ਹੁੰਦਾ ਸੀ ਜਿਹੜੇ ਬੰਦੇ 'ਚ ਕੋਈ ਕਮੀ ਹੈ ਜਿਹੜਾ ਮੋਟਾ ਹੈ ਜਿਹੜਾ ਛੋਟਾ ਹੈ ਉਹ ਲੰਬੇ ਹੋਣ ਲਈ ਮੋਟਾ ਪਤਲਾ ਹੋਣ ਲਈ ਉਹ ਲੋਕੀ ਐਕਸਰਸਾਈਜ਼ ਕਰਦੇ ਸੀ ਤੁਸੀਂ ਅਨਸੋਲਿਸਿਟਿਡ ਵਾਈਸ ਦੇਣਾ ਮੈਨੂੰ ਆਈ ਜਾਂਦਾ ਵੀ ਕਮਾਲ ਹੈ ਤੁਸੀਂ ਜੋਣ ਨਹੀਂ ਦੇਣਾ ਸੁਸਾਇਟੀ ਦੇ ਵਿੱਚ ਜੇ ਬੰਦਾ ਪਤਲਾ ਹੈ ਤਾਂ ਤੁਸੀਂ ਉਹਨੂੰ ਐਡਵਾਈਸ ਦੇ ਰਹੇ ਹੋ ਕਿ ਮੋਟੇ ਕਿਦਾਂ ਹੋਣਾ ਜੇ ਜੇ ਬੰਦਾ ਕਾਲਾ ਹੈ ਤਾਂ ਤੁਸੀਂ ਉਹਨੂੰ ਐਡਵਾਈਸ ਦੇ ਰਹੇ ਹੋ ਗੋਰੇ ਕਿੱਦਾਂ ਹੋਣਾ ਹੈ ਨਾ ਅਨਜੀ ਬੰਦੇ ਦੇ ਵਾਲ ਕੱਟ ਹੈ ਜਾਂ ਕਰ ਲਈਏ ਉਹਨੂੰ ਦੱਸਣਾ ਵੀ ਸਟ੍ਰੇਟ ਕਰਨਾ ਜੇ ਸਟ੍ਰੇਟ ਹੈ ਤਾਂ ਉਹਨੂੰ ਦੱਸਣਾ ਵੀ ਨਹੀਂ ਤੇਰੇ ਕਰ ਲਈ ਬਹੁਤ ਸੋਹਣੇ ਲੱਗਾਂਗੇ ਇਹੋ ਜੀਆਂ ਚੀਜ਼ਾਂ ਹੋ ਰਹੀਆਂ ਨੇ ਭੂਮਿਕਾ ਮੈਂ ਇੱਕ ਵਿਟਨੈਸ ਕਰ ਚੁੱਕੀ ਹਾਂ ਅਮ ਔਰ ਸ਼ਾਇਦ ਉਹਨਾਂ ਐਕਸਟੈਂਡ ਦੇ ਵਿੱਚ ਨਹੀਂ ਅਮ ਪਰ ਇਹ ਕਿੰਨਾ ਡੈਮੇਜਿੰਗ ਤੁਹਾਡੀ ਸਾਈਕੀ ਤੇ ਹੋ ਸਕਦਾ ਇਹ ਮੈਂ ਆਈ ਹੈਵ ਲਿਵਡ ਇਟ ਕਿਉਂਕਿ ਜੋ ਤੁਸੀਂ ਪਬਲਿਕ ਫਿਗਰ ਹੁੰਨੇ ਹੋ ਹਾਂਜੀ ਅਮ ਇਨਸਾਨ ਆਂਦਾ ਜਾਂਦਾ ਕੁਝ ਵੀ ਤੁਹਾਨੂੰ ਕਹਿ ਸਕਦਾ ਕਦੇ ਵੀ ਕਹਿ ਸਕਦਾ ਤੁਹਾਨੂੰ ਇਸ ਚੀਜ਼ ਦਾ ਇਹਸਾਸ ਹੀ ਨਹੀਂ ਹੈ ਕਿ ਤੁਸੀਂ ਕਿਦਾਂ ਦੂਜੇ ਨੂੰ ਹਰਟ ਕਰ ਰਹੇ ਹੋ ਨਾ I think it's important to talk about that ਕਿ ਤੁਹਾਡੇ ਕਈਆਂ ਤੁਹਾਡੀਆਂ ਕਈਆਂ ਗੱਲਾਂ ਜਿਹੜੀਆਂ ਨੇ ਤੁਹਾਨੂੰ ਲੱਗ ਰਿਹਾ ਤੁਸੀਂ ਬੰਦੇ ਨੂੰ ਸਲਾਹ ਦੇ ਰਹੇ ਹੋ ਉਹਦਾ ਯੂ نو ਵੈਲ ਬੀਇੰਗ ਸੋਚ ਰਹੇ ਹੋ ਪਰ ਨਹੀਂ ਇਦਰਸਲ ਦੈਟਸ ਨੋਟ ਟ੍ਰੂ ਸਾਡੀ ਸੋਸਾਇਟੀ ਚ ਨਾ ਫੈਟ ਫੋਬੀਆ ਬਹੁਤ ਆ ਕਿ ਆਪਾਂ ਡਰਦੇ ਆਂ ਐਂਡ ਫੈਟ ਫੋਬੀਆ ਤਾਂ ਮੈਂ ਇਸ ਕਰਕੇ ਕਹਿ ਰਹੀ ਕਿਉਂਕਿ ਇਹ ਮੇਰੀ ਪਰਸਨਲ ਸਟੋਰੀ ਨਾਲ ਰਿਲੇਟ ਕਰਦਾ ਹੈ ਨਾ ਜੀ ਤੁਸੀਂ ਕੁਝ ਵੀ ਜਿਹੜੀ ਇਨਡਿਫਰੈਂਟ ਚੀਜ਼ ਆ ਨਾ ਆਪਾਂ ਉਸ ਤੋਂ ਡਰਦੇ ਆ ਆਈ ਥਿੰਕ ਬੋਡੀ ਸ਼ੇਮਿੰਗ ਇਨ ਇਟਸੈਲਫ ਫॉर ਮੀ ਆਈ ਫੀਲ ਕਿ ਇਸ ਅਨਐਕਸੈਪਟੇਬਲ ਇਟ ਇਸ ਸਿੰਪਲ ਐਸ ਦੈਟ ਯਾ ਆ ਕਿਸੇ ਵੀ ਤਰ੍ਹਾਂ ਦੀ ਔਰ ਸੋਸ਼ਲ ਮੀਡੀਆ ਨੇ ਉਹ ਚੀਜ਼ ਥੋੜੀ ਜੀ ਹੁਣ ਹੋਰ ਵੀ ਜ਼ਿਆਦਾ ਟੌਕਸਿਕ ਕਰ ਦਿੱਤੀ ਹੈ ਕਿਉਂਕਿ ਕੋਈ ਵੀ ਕਦੇ ਵੀ ਕੁਝ ਕੁਝ ਵੀ ਕਹਿ ਕੇ ਚੱਲ ਜਾਂਦਾ ਹੈ ਨਾ ਹਾਂਜੀ Uh, मतल... साल <laughs> थारे थारे साल लेट्स गो बैक दी तुसी तुसी सी तुसी के के मेरी हो गई गिव गिव अप अप करता बिकॉज़ मेरे नल होया है ना कुछ फॉर एग्जांपल मैं एक इंसिडेंट किसी ने रिकमेंड किया mm -hmm. साल लीती आप लख रुपए लाए होने में ट्वेल्व फोर्टीन केजीज लूज भी किया mm -hmm. नहीं किया है ਉਦੇ ਬਾਅਦ ਨਾ ਕੁਝ ਮੈਡੀਕਲ ਹੀ ਕੁਝ ਡਾਇਗਨੋਸਿਸ ਉਹਨਾਂ ਨੇ ਛੋਟਾ ਜਿਹਾ ਕਿਤਾ ਜੋ ਵੀ ਹੈ ਉਹਨਾਂ ਨੇ ਮੈਨੂੰ ਇੱਕ ਡਾਕਟਰ ਕੋਲ ਰੀਕਮੈਂਡ ਕੀਤਾ ਮੈਂ ਡਾਕਟਰ ਕੋਲ ਗਈ ਬੜਾ ਫੇਮਸ ਡਾਕਟਰ ਸੀਗਾ ਅੱਛਾ ਤੇ ਉਹਨੇ ਮੈਨੂੰ ਮੈਡੀਸਨ ਦਿੱਤੀ ਆਪਾਂ ਲੈ ਲਈ ਕਿ ਠੀਕ ਹੈ ਜੀ ਇੱਕ ਵੱਡੀ ਡਾਕਟਰ ਨੇ ਦੂਜੇ ਵੱਡੇ ਡਾਕਟਰ ਨੂੰ ਰੀਕਮੈਂਡ ਕੀਤਾ ਹੁਣ ਜਿਹੜਾ ਬੰਦਾ ਮੈਡੀਕਲ ਨਹੀਂ ਪੜਿਆ ਉਹ ਤਾਂ ਡਾਕਟਰ ਤੇ ਵਿਸ਼ਵਾਸ ਕਰਦਾ ਹੈ ਨਾ ਤਾਂ ਮੈਂ ਉਹ ਮੈਡੀਸਨ ਲੈ ਲਈ ਮੈਂ ਲੈਣੀ ਸ਼ੁਰੂ ਕਰਤੀ ਮਹੀਨਾ ਕਿ ਨਿਕਲ ਗਿਆ ਦੋ ਮਹੀਨੇ ਨਿਕਲ ਗਏ ਮੇਰਾ weight gain ਹੋਣਾ ਸ਼ੁਰੂ ਹੋ ਗਿਆ oh no and ਮੇਰੇ facial hair ਸ਼ੁਰੂ ਹੋ ਗਏ oh acha ਤੇ ਮੈਰੀ ਲਾਈਸ ਕਿਤਾ ਮੈਂ ਕੀ ਕਿ ਮੈਂ ਸਾਲ ਲਾ ਕੇ 12 13 ਕਿਲੋ ਘਟਾਏ ਆ ਹੈਨਾ ਤੇ ਬਹੁਤ ਉਹਦੇ ਨਾਲ ਮੇਰੇ ਕਲਾਸਮੇਟਸ ਲੰਚ ਖਾਂਦੇ ਹੁੰਦੇ ਸੀ ਮੈਂ ਇੱਕ ਡਰਿੰਕ ਜੀ ਪਿੰਦੀ ਹੁੰਦੀ ਸੀ so oh ਕਿਤਾ ਮੇ ਸਾਰੇ ਕੁਝ ਮੇਰਾ ਨਾ 2 ਜਾਂ 3 ਮਹੀਨੇ ਚ 24 kg increase ਹੋਇਆ oh goodness ਤੇ ਫੇਸ਼ਲ हेयर ਹੋ ਗਏ ਬਹੁਤ ਜ਼ਿਆਦਾ ਹੈ ਨਾ ਆਈ ਹੈਡ ਇਸ਼ੂਸ ਵਿਦ ਮਾਈ ਪੀਰੀਅਡਸ ਐਂਡ ਐਵਰੀਥਿੰਗ ਆਪਾਂ ਫਿਰ ਥੋੜਾ ਜਿਹਾ ਨੋਟਿਸ ਕੀਤਾ ਵੀ ਦਵਾਈ ਤਾਂ ਬਾਅਦ ਹੋਇਆ ਜੋ ਵੀ ਹੋਇਆ ਹੈ ਨਾ ਆਪੋ ਦੂਜੀ ਡਾਕਟਰ ਨਾਲ ਕੰਸਲਟ ਕੀਤਾ ਉਹਨੇ ਡਾਕਟਰ ਨੇ ਮੈਨੂੰ ਸਿੱਧਾ ਸਟੀਰੋਇਡਸ ਦਿੱਤੇ ਓ ਗੋਸ਼ ਐਂਡ ਆਈ ਡਿਡਨਟ ਨੋ ਸਟੀਰੋਇਡਸ ਕਿਉਂ ਦਿੱਤੇ ਉਹਦਾ ਕੀ ਕਾਰਨ ਸੀ weight ਕੱਟ ਕਰਨ ਲਈ ਓ ਆਚਾ ਤੇ ਆਈ ਡਿਡਨਟ ਨੋ ਮੈਨੂੰ ਦੱਸਿਆ ਵੀ ਨਹੀਂ ਗਿਆ ਮੇਰੇ ਕੋਲ ਪੁੱਛਿਆ ਵੀ ਨਹੀਂ ਗਿਆ ਕਿ ਬਈ do you want to put this in your body or not so ਇੱਕ ਸਾਲ ਦੀ ਮਿਹਨਤ ਤੇ ਟੌਰਚਰ ਤੇ ਟਰਾਮਾ ਤੇ ਤੁਸੀਂ ਸਟੋਰੋਇਡਸ ਨਾਲ ਤੋਂ ਆਟੋਮੈਟਿਕਲੀ ਤੁਹਾਡਾ ਵਜ਼ਨ ਵੱਧਣਾ ਹੀ ਹੈ ਹੈ ਨਾ ਉਹਨੇ ਪਤਾ ਨਹੀਂ ਕਿਹੜੀ ਸਾਇੰਸ ਲਈ ਕਿਹੜੇ ਕਾਲਜ ਹੋ ਗਏ ਸੀ ਬਟ 24 ਕਿਲੋ ਮੇਰਾ ਬਿਨਾ ਤੁਹਾਨੂੰ ਸਾਈਡ ਇਫੈਕਟ ਦਿੱਤਾ ਤੇ ਫਿਰ ਤੇ 24 ਕਿਲੋ ਜੇ ਤੁਹਾਡਾ ਵਜ਼ਨ ਜਿੰਨਾ ਪਹਿਲਾਂ ਸੀ ਉਹਦੇ ਨਾਲੋਂ ਵੀ ਵੱਧ ਗਿਆ ਉਹਦੇ ਨਾਲੋਂ ਵੀ ਵੱਧ ਗਿਆ ਤੇ ਫਿਰ ਆਈ ਗਿਵ ਅਪ ਓ ਗਾਸ਼ ਹਾਊ ਓਲਡ ਵੇ ਯੂ ਬੀ ਮੇਕਾ ਉਹ ਤੋਂ and uh, this 16 17 <laughs> i was like in 10th uh, i think acha you know umar eh ho ji hundi hai ke sare apne nalou zyada sohne lag rahe ho us umar ch bilkul like i you know i sohna sadna sal di umar de vich mainu yaad hai ke i felt invisible high school de vich 100 percent peh sari a ne sohne sohne kudiyan ne ohna nu attention mil rahi hai ha na sir and wo stage eh ho ji hundi hai um bi everyone's going through changes kayan vaste ho changes positive hunde ne kayan vaste ho negative hunde ne haan kyunki hormonal changes hunde hai height badh rahi hundiye you know you just feel so different yeah you yeah. do yeah te mainu je male attention mildi bhi hundisi na do karan karke mildi hundisi ik taras karke ya tusilalo easy target karke ke soni ne ta phasna nahi innu kisne puchhla nahi so aap innu puch lende haan te dujja e hunda si jinna nu fat fetish ha ਆਮ ਗੋਇੰਗ ਟੂ ਬੀ ਵੈਰੀ ਅਫਰੈਂਟ ਅਬਾਊਟ ਇਟ ਨੋ ਯੂ ਸ਼ੁੱਡ ਬੀ ਯੂ ਸ਼ੁੱਡ ਬੀ ਸੋ ਉਹ ਦੋ ਲੋਕਾਂ ਤੋਂ ਮੈਨੂੰ ਉਸ ਤਰ੍ਹਾਂ ਦੇ ਲੋਕਾਂ ਤੋਂ ਮੈਨੂੰ ਅਟੈਂਸ਼ਨ ਮਿਲਦੀ ਹੁੰਦੀ ਸੀ ਤੇ ਪਰ ਇਸ ਚੀਜ਼ ਦੀ ਸਮਝ ਆ ਗਈ ਸੀ ਕਿ ਕਿਉਂ ਮਿਲ ਰਹੀ ਹੈ ਹਾਂਜੀ ਯਾ ਓਕੇ ਸ਼ੁਰੂ ਤੋਂ ਹੀ ਆ ਗਈ ਸੀ ਦੈਟਸ ਗੁੱਡ ਦੈਟਸ ਦੈਟਸ ਇੰਪੋਰਟੈਂਟ ਟੂ ਅੰਡਰਸਟੈਂਡ ਐਸ ਵੈਲ ਕਿ ਮੈਚਿਓਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਕਿਉਂ ਬਟ ਉਹਨੇ ਇੱਕ ਹੋਰ ਡਰ ਵੀ ਪੈਦਾ ਕਰਤਾ ਕਿ ਮੇਬੀ ਆਈ ਵਿਲ ਨੇਵਰ ਫਾਈਂਡ ਲਵ ਇੱਕ ਇਟ ਵਾਸ ਚੀਜ਼ ਨੂੰ ਬੜਾ ਇੰਪੋਰਟੈਂਟ ਬਣਾ ਦਿੱਤਾ ਜਾਂਦਾ ਨਾ ਸਾਡੇ ਸਮਾਜ ਵੱਲੋਂ ਇੱਕ ਕੁੜੀ ਵਾਸਤੇ ਸਪੈਸ਼ਲ ਕਿ ਉਹ 파ਟਨਰ ਦਾ ਹੋਣਾ ਕਿੰਨਾ ਜ਼ਰੂਰੀ ਹੈ ਜੋ ਕਿ ਮੈਂ ਪਰਸਨਲੀ ਜੇ ਆਪਣੀ ਗੱਲ ਕਰਾਂ ਮੈਨੂੰ ਚਾਹੀਦਾ ਆਈ ਐਮ ਅ ਪਰਸਨ ਹੂ ਵਾਂਟਸ ਟੂ ਸ਼ੇਅਰ ਮਾਈ ਲਾਈਫ ਵਿਦ ਸਮਨ ਬਟ ਆਈ ਐਮ ਲਿਟਰਲੀ ਸਟਰਗਲਿੰਗ ਏਵਰੀ ਡੇ ਟੂ ਟੈਲ ਮਾਈਸੈਲਫ ਦੈਟ ਯੂ ਡਿਜ਼ਰਵ ਬਿਕਾ ਜੋ ਵੀ ਐਕਸਪੀਰੀਐਂਸਿਸ ਰਹੇ ਨੇ ਉਹਨਾਂ ਨੇ ਇਹੀ ਫੀਲ ਕਰਾਇ ਕਿ ਨਹੀਂ ਮਿਲਣਾ ਕਿਉਂਕਿ ਇੱਕ ਤਾਂ ਸੋਣੀ ਨਹੀਂ ਹੈਗੀ ਦੁਨੀਆ ਦੇ ਅਕੋਰਡਿੰਗ oh my god ਹੈਨਾ ਫੁਬੀਕਾ ਤੇ ਦੂਜਾ ਇਹ ਕਿ ਬੋਲਦੀ ਬਹੁਤ ਆ opinionated ਆ ਕੁੜੀ opinionated independent ਆ ਕਿੱਦਾਂ ਹੋ ਸਕਦਾ ਕੱਲੀ ਰਹਿਣੀ ਆ ਬਾਹਰ ਆ ਘਰੋ ਹੈਨਾ independent ਆਪਣਾ ਕਮਾਂਦੀ ਆ that is not a good combination for an indian society is it true ਕਿ ਤੁਹਾਡੇ ਕਰਦਿਆਂ ਨੇ ਵੀ ਕੈਨੇਡਾ ਇਸ ਲਈ ਭੇਜਿਆ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਤੁਹਾਨੂੰ ਪੀਆਰ ਮਿਲ ਗਈ ਤਾਂ ਵਿਆਹ ਸੌਖਾ ਹੋ ਜਾਊਗਾ ਹਾਂਜੀ ਉਹਨਾਂ ਨੂੰ ਐਡਵਾਈਸ ਕੀਤਾ ਗਿਆ ਸੀ

ਕਿ ਕਿੰਨਾ ਕੁੜੀ ਹੈ ਜਿਹੜੀ ਗਿਵ ਅਪ ਕਰ ਚੁੱਕੀ ਹੈ ਉਹ ਸਾਰਾ ਕੁਝ ਜੀਦਾ ਵਜ਼ਨ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਿਆ ਤੁਹਾਨੂੰ ਆਬਵੀਅਸਲੀ ਕੰਪੇਅਰ ਕੀਤਾ ਜਾ ਰਿਹਾ ਪਰ ਕਦੋਂ ਐਕਸੈਪਟੈਂਸ ਸੈਲਫ ਐਕਸੈਪਟੈਂਸ ਕਦੋਂ ਹੋਈ ਆਈ ਥਿੰਕ ਮੈਂ 23 ਸਾਲ ਦੀ ਸੀ ਅੱਛਾ ਉਦੋਂ ਸ਼ੁਰੂ ਸ਼ੁਰੂ ਹੋਈ ਲਾਈਕ ਬੀਜ ਬੋਣਾ ਆਪਾਂ ਜਿਹਦਾ ਕਹਿੰਦੇ ਨਾ ਛੋਟੀ ਛੋਟੀ ਚੀਜ਼ਾਂ ਸ਼ੁਰੂ ਹੋਈਆਂ ਮੇਰੀ ਲਾਈਫ 'ਚ ਕੁਝ ਬਹੁਤ ক্লোਜ਼ ਲੋਕ ਕੀ ਸੀਗੇ ਐਂਡ ਆਪਾਂ ਬਹੁਤ ਗੁਡਾ ਰਿਸ਼ਤਾ ਸੀਗਾ ਸਾਡਾ ਬਟ ਉਹਨਾਂ ਦੇ ਨਾਲ ਚੀਜ਼ਾਂ ਵਰਕਆਊਟ ਨਹੀਂ ਕੀਤੀ ਹਾਂ ਓਕੇ ਇਸ ਰੀਜ਼ਨ ਕਰਕੇ ਕਿ ਸੌਣੀ ਨਹੀਂ ਹੈਗੀ ਭੁਗਾਈ ਕਿ ਕਿੰਨੇ ਕਹਿੰਦਾ ਵੀ ਸੌਣੀ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਕਹਾਈ ਐਵਰੀ ਟਾਈਮ ਯੂ ਸੇ ਇਟ ਆਈ ডোন্ট ਆਈ ডোন্ট ਆਈ ডোন্ট ਸੋ ਮੈਨੂੰ ਮੇਰੀ ਲਾਈਫ ਸੌਣ ਦੀ ਡੈਫੀਨੇਸ਼ਨ ਹੈ ਕਿ ਮੈਨੂੰ ਵੀ ਨਹੀਂ ਪਤਾ ਮੇਰੇ ਲਈ ਤਾਂ ਮੈਂ ਖੁਦ ਆਪਣੇ ਆਪ ਡੈਫੀਨੇਸ਼ਨ ਆ ਹੁਣ ਮੈਂ ਸਿੱਖੀ ਹੈ ਇਹ ਚੀਜ਼ ਬਟ ਮੇਰੀ ਲਾਈਫ ਉਸ ਉਸ ਫੇਸ ਜਮੈਨੂੰ जड़े लोगों बहुत इंपॉर्टेंट समझ दी वो मेरी लाइफ तो चले गए जिदा दिखती हाँ एंड मैं, मैं उन्होंने इमोशनली बहुत मी बट oh. uh, मैं सच्ची कहाना ना शायद रब होते

ਜਿਉਂ ਹੀ ਯੂ نو ਬੇਬਾਕ ਹੋ ਕੇ ਸਟੇਜ ਤੇ ਚੜ੍ਹ ਸਕਦੀ ਸੀ ਜਿਹਨੂੰ ਕੋਈ ਫੀਅਰ ਨਹੀਂ ਸੀ। ਹਾਂਜੀ। ਦਰ ਇਸ ਹੌਲੀ 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 ਜਿੱਦਾਂ ਤੁਸੀਂ ਵੱਡੇ ਹੁੰਦੇ ਜਾ ਰਹੇ ਹੋ ਤੁਸੀਂ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਕਿਉਂਕਿ 올 ਆਫ ਅ ਸੱਡਨ ਤੁਹਾਨੂੰ ਲੁਕਿੰਗ ਆਪਣੇ ਤੇ ਹੱਸਦੇ ਨਜ਼ਰ ਆ ਰਹੇ ਆ ਤੁਹਾਨੂੰ ਲੁਕਿੰਗ ਆਪਣੇ ਤੇ ਤੁਹਾਨੂੰ ਜੱਜ ਕਰਦੇ ਨਜ਼ਰ ਆ ਰਹੇ ਆ। ਹਾਂਜੀ। ਸੋ ਤੁਸੀਂ ਬਿਲੀਵ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੀ ਹੋ ਸਕਦੇ ਆਹਾਂ ਤੇ ਉਹ ਹੀ ਸਹੀ ਹੈ। ਯਾ सो so फाइनली अपने आप ਨਾਲ ਮੁਲਾਕਾਤ ਦੁਬਾਰਾ ਹੋਣੀ ਸ਼ੁਰੂ ਹੋਣੀ ਹੈ। ਦੈਟਸ ਹਾਉ ਆਈ ਲੁੱਕ ਐਟ ਇਟ। ਬਿਲਕੁਲ ਜੀ ਬਿਲਕੁਲ। ਕਜ਼ ਇਟਸ ਆਲਮੋਸਟ ਲਾਈਕ ਕਿ ਤੁਸੀਂ ਫਾਈਨਲੀ ਉਸ ਪੰਚੀ ਸਾਲ ਦੀ ਭੂਮਿਕਾ ਨੂੰ ਮਿਲ ਰਹੇ ਹੋ। ਹਾਂਜੀ। ਜੋ ਦਰਅਸਲ ਕਿੰਨਾ ਕੁਝ ਕਰਨਾ ਚਾਹੁੰਦੀ ਹੈ ਜ਼ਿੰਦਗੀ ਵਿੱਚ। ਇਹ ਨਾਲ ਕੁਝ ਕਰਨਾ ਚਾਹੁੰਦੀ ਹੈ। ਸੋ ਮੈਂ ਅੱਜ ਵੀ ਜੇ ਮੈਂ ਲੁੱਕ ਬੈਕ ਕਰਾਂ, ਜੇ ਮੈਂ ਸੋਚਾਂ ਕਿ ਮੇਰੇ ਨਾਲ ਇਹ ਕੀ ਘਾਤੋ ਹੋਇਆ, ਕਿੱਦਾਂ ਹੋਇਆ। ਜਿੱਦਾਂ ਤੁਸੀਂ ਪੁੱਛਿਆ ਕਿ ਵੀ ਇਹ ਹੋਇਆ ਕਿੱਦਾਂ, ਹੈਨਾ? ਹੋਰ ਵੀ ਲੋਕੇ ਪੁੱਛਦੇ ਆ। ਮੇਰੇ ਕੋਲ ਸੱਚੀ ਆਨਸਰ ਨਹੀਂ ਹੈਗਾ। ਮੈਨੂੰ ਬਸ ਇੰਨਾ ਪਤਾ ਕਿ ਮੇਰੇ ਤੇ ਰ तो मैं रिलाइज किया कि भी इस तो बैटर हाँ मैं लाइफ इज मच मोर दैन दिस एंड बाद फिर मैं स्लोली एंड ग्रैजुअली अपने आप में एक्सैप्ट करना शुरू किया mm. तो मैं अपने आप न अपनी नज़र तो देखना शुरू किया एंड मैं देख भी कुी तो बाली सोनी दिल भी साफ आ ਮੈਂ ਜਦੋਂ ਇਹ ਵਾਲੇ ਮੇਜ ਤੋਂ ਨਿਕਲਦੀ ਪਈ ਸੀ ਨਾ ਮੈਂ ਬੜੀ ਮੈਂ ਸਰਕੈਸਟਿਕ ਆदमी ਆ ਲਾਈਕ ਆਈ ਸੇ ਸਰਕੈਸਮ ਇਜ਼ ਮਾਈ ਮੀਡਲ ਲੇਮ ਲੋਕ ਯੂ ਹੈਵ ਲਾਈਕ ਅਮੇজিং ਹਿਊਮਰ ਯਾ ਫਨੀ ਹਾਂ ਯਾ ਬਟ ਨਾ ਮੈਂ ਆਪਣੀ ਕਾਈਂਡਨੈਸ ਨੂੰ ਬਹੁਤ ਲੁਕਾ ਕੇ ਰੱਖਦੀ ਹੁੰਦੀ ਸੀ ਤੇ ਮੈਂ ਦਿਖਾਉਂਦੀ ਹੁੰਦੀ ਸੀ ਕਿ ਮੈਂ ਤਾਂ ਬਾੜੀ ਮੀਨ ਆ ਅੱਛਾ ਤੇ ਮੇਰੇ ਅੰਦਰ ਐਟੀਟਿਊਡ ਬੜਾ ਤੇ

And I'm so open about my good heart. I can't see you being mean. <laughs> 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 Visualize, but <laughs> I would like to. I'm not be able I'm not going to be able to do it. I'm not going to be able to do it. i be able to do it. to be able Yeah, exactly. People take advantage of you otherwise. Yeah, huh. but like I have a lot of compassion. And especially for people who go through a lot. Because mm. I would have loved for someone to come and hold my hand. I don't want to do it. I don't want to do it. ਤੇ ਮੈਂ ਆਪਣਾ ਇੰਸਟਾਗ੍ਰam ਯੂਜ਼ ਕਰਦੀ ਆ ਨਾ ਮੇਰਾ ਭਰਾ ਮੇਰਾ ਮਜ਼ਾਕ ਬਣਾਉਂਦਾ ਇਨਫਲੂਐਂਸਰ ਬਣੀ ਫਿਰਦੀ ਆ ਮੈਂ ਕਿਹਾ ਮੈਂ ਕੋਈ ਇਨਫਲੂਐਂਸਰ ਨਹੀਂ ਹੈਗੀ ਬਟ ਜੇ ਕੋਈ ਇੱਕ ਬੰਦਾ ਵੀ ਨਾ ਜਿੱਦਾਂ ਮੈਂ ਕਈ ਵਾਰ ਸਟੋਰੀ ਸ਼ੇਅਰ ਕਰਦੀ ਆ ਜਾਂ ਮੈਂ ਕੋਈ ਗੱਲ ਜਿੱਦਾਂ ਕੱਲ ਹਾਰਪੋ ਨੇ ਕੁਝ ਆਪਣੇ ਸਬਸਟੈਕ ਦਾ ਈਮੇਲ ਭੇਜ ਜੈਸੀ ਮੈਂ ਉਹ ਪੜ੍ਹ ਕੇ ਫਿਰ ਆਪਣੀ ਰਿਫਲੈਕਸ਼ਨ ਸ਼ੇਅਰ ਕੀਤੀ ਸੀ ਤੇ ਕਿਸੇ ਨੇ ਮੈਨੂੰ ਉਹਦੇ ਰਿਲੇਟਿਡ ਮੈਸੇਜ ਕੀਤਾ ਸੋ ਜੇ ਤੁਹਾਡਾ ਸ਼ੋਕੇਸ ਕਰਨਾ ਕੋਈ ਚੀਜ਼ ਨੂੰ ਇੱਕ ਬੰਦੇ ਦਾ ਵੀ ਧੰਨਵਾਦ ਹੀ ਆ ਕਰ ਦੇਣਾ ਮੈਨੂੰ ਲੱਗਦਾ ਕਿ ਵੀ ਬਹੁਤ ਬਹੁਤ ਯੂ نو ਮੈਨੂੰ ਆ ਲੱਗਦਾ ਹੁੰਦਾ ਹੈ ਕਿ ਦਰ ਇਸਲ ਤੁਸੀਂ ਕਿਸ ਚੀਜ਼ ਦੀ ਵਰਤੋਂ ਕਿਦਾਂ ਕਰਦੇ ਹੋ ਇਟ 올 ਡਿਪੈਂਡਸ ਔਨ ਦੈਟ ਬਹੁਤ ਲੋਕ ਨੇ ਜਿਹੜੀ ਦੁਰਵਰਤੋਂ ਕਰ ਰਹੇ ਨੇ ਐਂਡ ਨੈਗੇਟਿਵਿਟੀ ਫੈਲਾ ਰਹੇ ਨੇ ਟੌਕਸਿਸਿਟੀ ਫੈਲਾ ਰਹੇ ਨੇ ਬਹੁਤ ਸਾਰੇ ਲੋਕ ਨੇ ਜੋ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਵੀ ਲੋਕਾਂ ਨੂੰ ਦੇ ਰਹੇ ਨੇ ਸੋਸ਼ਲ ਮੀਡੀਆ ਦੇ ਥਰੂ ਔਰ ਉਮੀਦ ਤੁਹਾਨੂੰ ਨਜ਼ਰ ਆਉਂਦੀ ਹੈ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਤੁਹਾਡੇ ਅੱਗੇ ਹੋਰ ਵੀ ਲੋਕ ਨੇ ਜਿਨ੍ਹਾਂ ਦੀ ਉਹੀ ਸੋਚ ਹੈ ਅਮ ਤੇ ਉਹ ਵੀ ਕੁਝ ਤਬਦੀਲੀ ਲਿਆਣਾ ਚਾਹੁੰਦੇ ਨੇ ਹਾਂਜੀ ਜਿਹੜੀਆਂ ਤਬਦੀਲੀਆਂ ਮੈਂ ਪਰਸਨਲੀ ਮੀਡੀਆ ਦੇ ਵਿੱਚ ਮੇਨਸਟ੍ਰੀਮ ਵੀਡੀਆ ਦੇ ਵਿੱਚ ਅਮ ਫੈਸ਼ਨ ਦੀ ਦੁਨੀਆ ਦੇ ਵਿੱਚ ਜਾਂ ਮੈਗਜ਼ੀਨ ਕਵਰਸ ਤੇ ਜਾਂ ਸੋਸ਼ਲ ਮੀਡੀਆ ਤੇ ਦੇਖੀਆਂ ਨੇ ਉਹ ਇਹ ਹੈ ਅਮ ਐਂਡ ਟੈਲ ਮੀ ਕਿ ਇਹ ਗਲਤ ਹੈ ਜਾਂ ਸਹੀ ਹੈ ਹਾਂਜੀ ਕਿ ਪਲੱਸ ਸਾਈਜ਼ ਜਿਹੜੇ ਮਾਡਲਸ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਬਹੁਤ ਸਾਰੇ ਪਲੱਸ ਸਾਈਜ਼ ਸੈਲਿਬ੍ਰਿਟੀਜ਼ ਜਿਹੜੇ ਨੇ ਉਹਨਾਂ ਨੂੰ ਹੁਣ ਮੌਕੇ ਮਿਲਨੇ ਸ਼ੁਰੂ ਹੋ ਗਏ ਨੇ ਹਾਂਜੀ ਉਹ ਇਹ ਏ ਜੁਰਾ ਸ਼ਿਫਟ ਹੈ ਹਾਂਜੀ ਇਹ ਵਧੀਆ ਸ਼ਿਫਟ ਹੈ ਅਮ ਇਹ ਦਾ ਕੀ ਪੱਖ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਅ ਮੈਂ ਕਹਾਂਗੀ ਜੀ ਜਿੱਦਾਂ ਹੁੰਦਾ ਨਾ ਕਿ ਹਰ ਚੀਜ਼ ਦਾ ਫਾਇਦਾ ਜਾਂ ਨੁਕਸਾਨ ਹੁੰਦਾ ਸੋ ਇਹ ਬਹੁਤ ਵਧੀਆ ਸ਼ਿਫਟ ਹੈ ਬਿਕਾਜ਼ ਮੇਰੇ ਵਰਗੇ ਲੋਕੀ ਜਿਹੜੇ ਘਰੇ ਬੈਠੇ ਆ ਉਹ ਪਹਿਲਾਂ ਜਦੋਂ ਲਿਕ ਨਥਿੰਗ ਅਗੇਨਸ ਪੀਪਲ ਹੂ ਆਰ ਵੈਲ ਮੇਨਟੇਨਡ ਐਂਡ ਏਵਰੀਥਿੰਗ ਬਟ ਜਦੋਂ ਉਹਨਾਂ ਨੂੰ ਦੇਖਦੇ ਸੀ ਨਾ ਆਪਣੇ ਆਪ ਨੂੰ ਉਪਰ ਆ ਜਾਇਆ ਮਹਿਸੂਸ ਕਰਦੇ ਸੀ ਬਟ ਹੁਣ ਤੁਸੀਂ ਸਕਰੀਨ ਤੇ ਇੱਕ ਇਹੋ ਜਿਹੀ ਲਾਈਕ ਕੁੜੀ ਜਾਂ ਮੁੰਡਾ ਲੈ ਕੇ ਆਓ ਜੋ ਤੁਹਾਡੇ ਵਰਗਾ ਹੀ ਲੱਗੇ ਸੋ ਤੁਹਾਨੂੰ ਲੱਗੂਗਾ ਕਿ ਨਹੀਂ ਠੀਕ ਆ ਕੋਈ ਪ੍ਰੋਬਲਮ ਨਹੀਂ ਹੈ ਹੈਨਾ ਬਟ ਇਹਦੇ ਨਾਲ ਇੱਕ ਹੋਰ ਨੈਰੇਟਿਵ ਜਿਹੜਾ ਲੋਕਾਂ ਨੇ ਸ਼ੁਰੂ ਕੀਤਾ ਹੋਇਆ ਕਿ ਵੀ ਆਰ ਪ੍ਰੋਮੋਟਿੰਗ 언ਹੈਲਦੀ ਲਾਈਫਸਟਾਈਲ ਕਿ ਵੀ ਆਰ ਪ੍ਰੋਮੋਟਿੰਗ ਓਬੈਸਿਟੀ অর ਵੀ ਆਰ ਪ੍ਰੋਮੋਟਿੰਗ not being in shape and not so, being ਤੁਸੀਂ ਤੁਸੀਂ ਪਲੱਸ ਮਾਡਲ ਹੋ ਹਾਂਜੀ ਤੁਸੀਂ ਇਹ ਪ੍ਰਮੋਟ ਕਰ ਰਹੇ ਹੋ ਕਿ ਤੁਸੀਂ ਹੈਲਥੀ ਨਹੀਂ ਯਾ ਫਿਰ ਜਦ ਮੈਂ ਆਪਣੀ ਮੈਂ ਤਾਂ ਬਹੁਤ ਛੋਟੇ ਜਿਹੇ ਸਕੇਲ ਤੇ ਇਸ ਬਾਰੇ ਆਪਣੇ ਨਾ ਲਾਈਕ ਲੋਕਾਂ ਨਾਲ ਗੱਲ ਕਰਦੀਆਂ ਬਟ ਮੈਂ ਦੇਖਿਆ ਕਿ ਲੋਕੀ ਇਸ ਨੂੰ ਇਸ ਤਰ੍ਹਾਂ ਪਰਸੀਵ ਕਰਦੇ ਆ ਕਿ ਬਈ ਇਹ ਤਾਂ ਸ਼ੀ ਜਸਟ ਵਾਂਟਸ ਕਿ ਸਾਰੇ ਜਿੱਦਾਂ ਦੇ ਹੈਗੇ ਆ ਉਧਰ ਰਹਿਣ ਉਹ ਆਪਣੀ ਹੈਲਥ ਨੂੰ ਧਿਆਨ ਨਾਲ ਰੱਖਣ ਜਾਂ ਜੋ ਵੀ ਆ ਬਟ ਜੇ ਮੈਂ ਤੁਹਾਨੂੰ ਸੱਚ ਦੱਸਾਂ ਤੇ ਮੈਂ ਆਪਣੇ ਨਾਲ ਦੇ ਲੋਕਾਂ ਨਾਲ ਆਬਜ਼ਰਵ ਕੀਤਾ ਆਈ ਐਮ ਹੈਲਥੀਅਰ ਦੈਨ ਸੋ ਮੈਨੀ ਆਫ them ਕਿੰਨੇ ਇਸ ਕਿੰਨੇ ਲੋਕ ਇੰਨੇ ਅਨਹੈਲਥੀ ਨੇ ਹੈ ਨਾ ਮਤਲਬ ਇਹ ਫਿਜ਼ੀਕਲੀ ਤੁਸੀਂ ਕਿਹੋ ਜਿਹੇ ਦਿਸਦੇ ਹੋ ਬਿਲਕੁਲ ਇਹ ਕਿੰਨੀ ਕੁ ਚੀਜ਼ ਜਿਹੜੀ ਹੈ ਤੁਹਾਨੂੰ ਰਾਈਟ ਦੇ ਦਿੰਦੀ ਹੈ ਜੱਜ ਕਰਨ ਦਾ ਤੇ ਦੂਜੀ ਗੱਲ ਇਹ ਆਈ ਵੁਡਨਟ ਸੇ ਥੈਟ ਆਈ ਐਮ Like, I'm healthiest I have been in my life. Right. But there is definitely potential for more improvement. I am not oh, neglecting that's that. That's for everybody. That's for that. everybody, right? That's for but everybody. the point is, ke, while I move towards that improvement, I shouldn't be not living my life. Hana? Kiti choti but oda matlebe hardi journey enjoy So, ਜਿਹੜੇ ਪਲੱਸ ਸਾਈਜ਼ ਮਾਡਲਸ ਹੁਣ ਬਾਹਰ ਆਏ ਨੇ ਜ ਜਿਹਦਾ ਮੇਰੇ ਵਰਗੇ ਲੋਕੇ ਇਸ ਬਾਰੇ ਗੱਲ ਕਰਨਾ ਚਾਹੁੰਦੇ ਨੇ ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਹੈਲਦੀ ਨਾ ਰਹੋ ਉਹ ਇਹ ਬਿਲਕੁਲ ਵੀ ਨਹੀਂ ਕਹਿ ਰਹੇ ਕਿ ਤੁਸੀਂ ਆਪਣੀ ਹੈਲਥ ਤੇ ਧਿਆਨ ਨਾ ਦਿਓ ਉਹ ਬਸ ਇੰਦਾ ਕਹਿ ਰਹੇ ਨੇ ਕਿ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰੋ ਤੁਸੀਂ ਆਪਣੇ ਨਾਲ ਖੁਸ਼ ਰਹੋ ਐਂਡ ਜਦੋਂ ਤੁਸੀਂ ਉਹ ਕਰਦੇ ਹੋ ਉਹ ਕਰਦੇ ਕਰਦੇ ਤੁਸੀਂ ਆਪਣੇ ਆਪ ਨੂੰ ਬੈਟਰ ਕਰੋ ਤੁਸੀਂ ਨਜ਼ਰੀਆ ਲੋਕਾਂ ਦਾ ਚੇਂਜ ਹੁੰਦਾ ਦੇਖਿਆ ਜਦੋਂ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰ ਲੈਂਦੇ ਅਮ ਇੱਕ ਤੁਸੀਂ ਇੱਕ ਤਾਂ ਹਲਕਾ ਮਹਿਸੂਸ ਕਰਦੇ ਹੋ ਬਹੁਤ ਫੀਲ ਲਾਈਟਰ ਤੇ ਤੁਹਾਨੂੰ ਆਲ ਆਫ ਅ ਸਡਨ ਲੋਕੀ ਜਿਹੜੇ ਨੇ ਉਹ ਉਹਨਾਂ ਦਾ ਰਵਈਆ ਪੋਜ਼ਿਟਿਵ ਲੱਗਣ ਲੱਗ ਜਾਂਦਾ ਇਨਸਟੈਡ ਆਫ ਨੈਗੇਟਿਵ ਬਿਲਕੁਲ ਬਿਲਕੁਲ ਕਿਉਂਕਿ ਹੈ ਤਾਂ એનર્ਜੀ ਹੈ ਨਾ ਜੋ એનર્ਜੀ ਤੁਸੀਂ ਪੋਰਟਰੇ ਕਰ ਰਹੇ ਹੋ ਉਹੀ એનર્ਜੀ ਦੂਜਾ ਕੈਚ ਕਰ ਰਿਹਾ ਤੁਹਾਡੀ ਵਾਈਬ ਜਿਹੜੀ ਹੈ ਉਹ ਆਲ ਆਫ ਅਸੈਂਡ ਲੋਕਾਂ ਦੇ ਨਾਲ ਮਿਲ ਰਹੀ ਹੈ ਇਨਸਟੈਡ ਕਿ ਤੁਸੀਂ ਲੋਕਾਂ ਨੂੰ ਦੂਰ ਕਰੋ ਆਪਣੇ ਤੋਂ ਜੋ ਤੁਸੀਂ ਪਹਿਲਾਂ ਕਰ ਰਹੇ ਸੀ ਬਿਲਕੁਲ ਤੇ ਨਾਲੇ ਫਿਰ ਤੁਸੀਂ ਉਦੋਂ ਦੇ ਹੀ ਲੋਕੀ ਅਟ੍ਰੈਕਟ ਵੀ ਕਰਦੇ ਹੋ ਜਦੋਂ ਦਾ ਮੈਂ ਆਪਣੇ ਆਪ ਨੂੰ ਐਕਸੈਪਟ ਕੀਤਾ ਤੇ ਮੈਂ ਲਾਈਕ ਆਮ ਕੌਨਫिडेंट ਇਨ ਹੂ ਆਮ ਮੈਂ ਬਹੁਤ ਇਦਾਂ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਕਿ ਜਿਹੜੇ ਇਦਾਂ ਦੇ ਹੈਗੇ ਆ ਹੈ ਨਾ ਇਦਾਂ ਦੇ ਮਤਲਬ ਜਿਹੜੇ ਇਦਾਂ ਸੋਚਦੇ ਆ ਕਿ ਲਾਈਫ ਇਜ਼ ਸੋ ਮੱਚ ਬਿਯੋਂਡ ਵਾਟ ਯੂ ਫਿਜ਼ੀਕਲੀ ਲੁੱਕ ਲਾਈਕ ਰਾਈਟ ਰਾਈਟ ਐਂਡ ਆਈ ਨੇਵਰ ਮੈਟ ਦੋਸ ਪੀਪਲ ਇਨ ਲਾਈਕ 23 ਇਅਰਸ ਆਫ ਮਾਈ ਲਾਈਫ ਦ ਲਾਸਟ 6 ਇਅਰਸ ਹੈਵ ਬੀਨ ਆਈ ਓਪਨਿੰਗ ਆਈ ਓਪਨਿੰਗ ਸੱਚ ਆ ਪਾਵਰਫੁਲ ਚੇਂਜ ਕਿ ਜੇ ਮੈਨੂੰ ਅੱਜ ਆ ਕੇ ਕੋਈ ਕਹੇ ਵੀ ਕੁਝ ਵੀ ਚੇਂਜ ਕਰਨਾ ਲਾਈਕ ਇੱਕ ਬਲੌਕ ਵੀ ਇੱਧਰ ਤੋਂ ਚੱਕ ਕੇ ਇੱਧਰ ਰੱਖਣਾ ਮੈਂ ਕਹਿਣਾ ਨਹੀਂ ਹਰ ਚੀਜ਼ ਨੇ ਕੁਛ ਨਾ ਕੁਛ ਕੁਛ ਨਾ ਕੁਛ ਸਿਖਾਇਆ ਤੇ ਜਿੱਥੇ ਮੈਂ ਹੈਗੀ ਆ ਲੈਕ ਮੈਂ ਨਹੀਂ ਕਹਾਂਗੀ ਕਿ ਬਹੁਤ ਫਟੀ ਕੁਝ ਚੀਜ਼ ਮੈਂ ਅਚੀਵ ਕਰ ਲਈ ਯੂ ਹੈਵ ਲੇਕਿਨ ਜੋ ਵੀ ਅਬਨੇ ਜਿੱਥੇ ਵੀ ਅੱਜ ਹੈ ਕੀਤਾ ਸਕਸੀਡ ਉਹ ਹਰ ਚੀਜ਼ ਛੋਟੀ ਛੋਟੀ ਚੀਜ਼ ਦਾ ਆਪਣਾ ਇੱਕ ਮਾਈਨਰ ਹੈ ਹੈ ਨਾ ਰਾਈਟ ਸੋ ਲੇਕ ਮੈਨੂੰ ਨਹੀਂ ਪਤਾ ਕਿ ਕਾਤੋਂ ਲੋਕ ਕੀ ਦਾ ਸੋਚਦੇ ਆ ਕਿ ਇੱਕ ਬੰਦਾ ਜਿਹੜਾ ਲੇਕ ਜਿਹਦਾ ਮੈਨੂੰ ਨਾ ਕਿਸੇ ਨੇ ਇੱਕ ਗੱਲ ਕਹੀ ਕਿ ਇਫ ਇਨਰ ਬਿਊਟੀ ਮੈਟਰਡ ਪੀਪਲ ਵੁੱਡ ਮੈਰੀ ਮਦਰ ਟਰੇਸਾ I'm like wow there is so much wrong in that mm -hmm, sentence mm -hmm, mm -hmm. first of all ਤੁਸੀਂ AGs ਕਹਿੰਦੇ ਪਏ ਕਿ ਇਨਰ ਬਿਊਟੀ ਮੈਟਰ ਨਹੀਂ ਕਰਦੀ ਹੈਨਾ ਦੂਜੀ ਗੱਲ ਤੁਸੀਂ ਇਨਰ ਬਿਊਟੀ ਨੂੰ ਆਬਜੈਕਟਿਵ ਕਰਦੇ ਪਏ ਹੋ ਜਦੋਂ ਕਿ ਉਹ ਸਬਜੈਕਟਿਵ ਹੈਨਾ ਹਰ ਬੰਦੇ ਦਾ ਆਪਣਾ ਨਜ਼ਰੀਆ ਕਿਸੇ ਚੀਜ਼ ਨੂੰ ਦੇਖਣ ਦਾ ਇੱਕ ਬੰਦਾ ਕਿਸੇ ਦੀਆਂ ਨਜ਼ਰਾਂ ਨਾਲ ਦੇਖੋ ਤਾਂ ਬਹੁਤ ਸੋਹਣਾ ਦੂਜੇ ਦੀਆਂ ਨਜ਼ਰਾਂ ਨਾਲ ਦੇਖੋ ਤਾਂ ਸ਼ਾਇਦ ਨਹੀਂ ਸੋਹਣਾ ਹੈਨਾ who decides that ਵੀ ਵੀ ਆਰ ਦ ਵਨਸ ਹੂ ਸ਼ੁੱਡ ਬੀ ਡਿਸਾਈਡਿੰਗ ਥੈਟ ਹੁਣ ਤੁਸੀਂ ਇੰਨਾ ਸੋਹਣਾ ਟੌਪ ਆਇਆ ਮੇਰੇ ਵੱਲੋਂ ਤੁਸੀਂ ਬਹੁਤ ਸੋਹਣੇ ਲੱਗਦੇ ਪਏ ਹੋ ਬਟ ਹੋ ਸਕਦਾ ਕੋਈ ਤੀਜਾ ਬੰਦਾ ਆ ਕੇ ਕਹੇ ਕਿ ਵੀ ਮੈਨੂੰ ਤਾਂ ਇਹ ਕਲਰ ਹੀ ਨਹੀਂ ਪਸੰਦ ਤੂੰ ਕੀ ਬਣ ਕੇ ਬੈਠੇ ਹੋ ਹੈ ਨਾ ਐਗਜ਼ੈਕਟਲੀ ਬਟ ਡਸ ਥੈਟ ਮੀਨ ਯੂ ਆਰ ਨਾਟ ਗੁੱਡ ਇਨਫ ਹੈ ਨਾ ਤੇ ਨਾਲ ਹੀ ਆਪਾਂ ਬਿਊਟੀ ਨੂੰ ਇੰਨੀ ਜ਼ਿਆਦਾ ਤਵੱਜੋ ਦੇ ਦਿੰਦੇ ਆ ਆਈ ਥਿੰਕ ਬਿਊਟੀ ਨੂੰ ਬਾਕਸ ਚ ਪਾਇਆ ਹੋਇਆ ਬਿਲਕੁਲ I feel like aaj jada box hai assi define kita hoya je thoda gora rang hai je tusi lamme ho patle ho ਆ ਤੁਹਾਡੇ ਵਾਲ ਲੰਬੇ ਨੇ ਤੁਹਾਡੀਆਂ ਅੱਖਾਂ ਸੋਹਣੀਆਂ ਨੇ ਅੱਖਾਂ ਕੌਨ ਡਿਸਾਈਡ ਕਰੂਗਾ ਅੱਛਾ ਵੱਡੀਆਂ ਅੱਖਾਂ ਨਹੀਂ ਮੈਨੂੰ ਸਾਰੀ ਉਮਰ ਇਹ ਦੱਸਿਆ ਗਿਆ ਵੀ ਤੇਰੀਆਂ ਵੱਡੀਆਂ ਅੱਖਾਂ ਨੇ ਤੇਰਾ ਕੱਦ ਛੋਟਾ ਹੈ ਸੋ ਉਹ ਜਿਹੜਾ ਬਾਕਸ ਹੈ ਜੇ ਆਟੋਮੈਟਿਕਲੀ ਉਸ ਬਾਕਸ ਤੋਂ ਤੁਸੀਂ ਥੋੜਾ ਜਿਹਾ ਬਾਹਰ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਬਸ ਫੇਰ ਤਾਂ ਯੂ نو ਯੂ ਦੀ ਆਡ ਵਨ ਆਊਟ ਤੇ ਜੇ ਆਪਾਂ ਨਾ ਆਪਣੀ ਸੋਸਾਇਟੀ ਨੂੰ ਬੜਾ ਲਿਮਿਟਿਡ ਜਿਹਾ ਕਰ ਲੈਨੇ ਆ ਤੇ ਉਸ ਕਰਕੇ ਆਪਾਂ ਹਰ ਚੀਜ਼ ਨੂੰ ਆਬਜੈਕਟਿਵਲੀ ਦੇਖਣਾ ਸ਼ੁਰੂ ਕਰ ਦਿੰਦੇ ਆ ਬਟ ਜੇ ਆਪਾਂ ਥੋੜਾ ਆਪਣਾ ਲਾਈਕ ਐਕਸਪੋਜ਼ਰ ਕਰੀ ਆਪਾਂ ਦੁਨੀਆ ਨੂੰ ਸਮਝੀਏ ਨਾ ਦਾਇਰਾ ਵੱਡਾ ਕਰੋ ਜੇ ਤੁਸੀਂ ਡਿਫਰੈਂਟ ਡਿਫਰੈਂਟ ਸੋਸਾਇਟੀਆਂ 'ਚ ਜਾ ਕੇ ਦੇਖੋ ਲਾਈਕ ਮੈਂ ਆਪਣੀ ਲਾਈਫ ਦਾ ਐਗਜ਼ਾਮਪਲ ਦੇ ਸਕਦੀ ਬਿਕਾਜ਼ ਮੈਂ ਇਸ ਚੀਜ਼ ਬਾਰੇ ਪੜ੍ਹਿਆ ਰਾਈਟ ਕੁਛ ਇਦਾਂ ਦੀ ਸੋਸਾਇਟੀਆਂ ਨੇ ਓ ਫੈਟ ਊਮਨ ਆਈ ਵਿਲ ਜਸ ਸੇ ਇਟ ਐਸ ਪਲੇਨਲੀ ਐਜ਼ ਇਟ ਇਜ਼ ਰਾਈਟ ਉਹਨਾਂ ਨੂੰ ਸਭ ਤੋਂ ਜ਼ਿਆਦਾ ਸੋਹਣਾ ਮੰਨਦੇ ਨੇ ਤੇ ਜੇ ਕੁੜੀ ਪਤਲੀ ਹੋਵੇ ਉਹਦਾ ਪਾਰਟਨਰ ਲੱਭਣਾ ਔਖਾ ਅੱਛਾ ਹੁਣ ਉਹ ਵੀ ਤਾਂ ਇੱਕ ਸੋਸਾਇਟੀ ਆ ਐਗਜ਼ੈਕਟਲੀ ਤੇ ਇਹ ਵੀ ਸੋਸਾਇਟੀ ਆ ਉਹ ਹੁਣ ਉਸ ਸੋਸਾਇਟੀ ਦੇ ਅਕੋਰਡਿੰਗ ਇੱਕ ਪਤਲੀ ਕੁੜੀ ਮਾਰੀ ਆ ਸਾਡੀ ਦੇ ਅਕੋਰਡਿੰਗ ਮੋਟੀ ਕੁੜੀ ਮਾਰੀ ਬਟ ਮਾਰੀ ਤਾਂ ਕੋਈ ਵੀ ਨਹੀਂ ਹੈਗੀ ਦੈਟਸ ਵਾਟ ਆਈ ਮੀਨ ਕੌਣ ਡਿਸਾਈਡ ਕਰਦਾ ਹੈ ਕਿ ਕੌਣ ਚੰਗਾ ਤੇ ਮਾਰਾ ਐ ਐਗਜ਼ੈਕਟਲੀ ਰਾਈਟ ਤੁਹਾਨੂੰ ਲੱਗਦਾ ਹੈ ਭੂਮਿਕਾ ਕਿ ਮੁੰਡਿਆਂ ਨੂੰ ਐਕਸੈਪਟੈਂਸ ਜਿਹੜੀ ਹੈ ਇਸ ਚੀਜ਼ ਦੀ ਬਹੁਤ इजीली ਮਿਲ ਜਾਂਦੀ ਹੈ ਕਿਤੇ ਨਾ ਕਿਤੇ ਅ ਤੇ ਕੁੜੀਆਂ ਨੂੰ ਜ਼ਿਆਦਾ ਅੱਖਾਂ ਹੁੰਦਾ ਦੇਖੋ ਮੈਂ ਜੇ ਬਿਲਕੁਲ ਹਰ ਮੁੰਡੇ ਦੇ ਬਿਹਾਫ ਤੇ ਬੋਲਾਂ ਤਾਂ ਗਲਤ ਹੋਗਾ ਕਿਉਂਕਿ ਮੈਂ ਨਹੀਂ ਐਕਸਪੀਰੀਅੰਸ ਕੀਤਾ ਬਟ ਜਿੰਨਾ ਕ ਮੈਂ ਆਪਣੇ ਆਲੇ ਦੁਆਲੇ ਛੋਟੇ ਜਿਹੇ ਸਰਕਲ ਚ ਦੇਖਿਆ ਹਾਂਜੀ ਮਿਲ ਜਾਂਦੀ ਹੈ ਮੈਂ ਸਕੂਲ ਕਾਲਜ ਆਪਣੇ ਸੇਮ ਸਾਈਜ਼ ਮੁੰਡਿਆਂ ਦਾ ਕਦੇ ਮਜ਼ਾਕ ਉੜਦਾ ਨਹੀਂ ਦੇਖਿਆ ਕਦੇ ਉਹਨਾਂ ਤੇ ਟੌਨਸ ਨਹੀਂ ਵੱਜਦੇ ਦੇਖੇ ਮੇਰੇ ਤੇ ਵੱਜਦੇ ਹੁੰਦੇ ਸੀ ਇਨ ਫੈਕਟ ਉਹ ਉਹਨਾਂ ਦੇ ਗਰੁੱਪ ਦਾ 파ਟ ਹੁੰਦੇ ਸੀ ਸੋ ਮੈਂ ਕਹਾਂਗੀ ਕਿ ਹਾਂਜੀ ਏਟਲੀਸਟ ਮੇਰੇ ਲਾਈਫ ਐਕਸਪੀਰੀਅੰਸ 'ਚ ਮੈਂ ਦੇਖਿਆ ਕਿ ਕੁੜੀਆਂ ਲਈ ਆਪਾਂ ਜ਼ਿਆਦਾ ਸਟੈਂਡਰਡ ਹਾਈ ਕਰ ਦਿੰਦੇ ਆ ਮੁੰਡਿਆਂ ਦਾ ਚੱਲ ਜਾਂਦਾ ਅੱਛਾ ਇੱਕ ਕੰਪੈਰੀਸਨ ਆ ਜਿਹੜੀ ਚੀਜ਼ ਆਪਣੇ ਘਰਾਂ ਦੇ ਵਿੱਚ ਹੁੰਦੀ ਆ ਨਾ ਦੋ ਬੱਚਿਆਂ ਨੂੰ ਸਿਬਲਿੰਗਸ ਨੂੰ ਲੈ ਕੇ ਭੈਣ ਭਰਾ ਨੂੰ ਲੈ ਕੇ ਭੈਣਾਂ ਨੂੰ ਲੈ ਕੇ ਭਰਾਵਾਂ ਨੂੰ ਲੈ ਕੇ ਮੇਰੇ ਹਾਈ ਸਕੂਲ ਦੇ ਵਿੱਚ ਮੇਰੇ ਬਹੁਤ ক্লোਜ਼ ਫਰੈਂਡ ਸੀ ਤੇ ਉਹਨਾਂ ਨੂੰ ਉਹਨਾਂ ਦੇ ਮਦਰ ਹਮੇਸ਼ਾ ਬਾਕੀਆਂ ਨਾਲ ਕੰਪੇਅਰ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਇਹੋ ਜਿਹੇ ਕਮੈਂਟ ਜ਼ਰੂਰ ਕਰਨਾ ਕਿ ਜਦੋਂ ਅਸੀਂ ਐਂਟਰ ਕਰਨਾ ਤੇ ਉਹਨਾਂ ਨੇ ਕਹਿ ਦੇਣਾ ਵੀ ਆ ਇਹ ਤਾਂ ਇੰਨੀ ਪਤਲੀ ਹੈ ਤੂੰ ਦੇਖ ਹੂੰ ਹੂੰ ਤੂੰ ਕਿਉਂ ਨਹੀਂ ਭਾਰ ਘਟਾਉਂਦੀ ਬਿਲਕੁਲ ਕਿੰਨੀ ਸੋਹਣੀ ਡਰੈਸ ਪਾਈ ਹੈ ਉਹ ਜਦੋਂ ਉਹਨਾਂ ਨੇ ਕਹਿਣਾ ਨਾ ਸਾਨੂੰ ਪਤਾ ਹੁੰਦਾ ਸੀ ਵੀ ਉਹ ਕਿਉਂ ਕਹਿ ਰਹੇ ਨੇ ਹਾਂਜੀ ਅਮ ਸੋ ਆਹ ਜਿਹੜੀਆਂ ਚੀਜ਼ਾਂ ਨੇ ਨਾ ਬਹੁਤ ਬਹੁਤ ਤੰਗ ਕਰਦੀਆਂ ਨੇ ਬਹੁਤ ਜ਼ਿਆਦਾ ਮਤਲਬ ਤੁਹਾਨੂੰ ਪਤਾ ਕਿ ਮੈਂ ਮੈਨੂੰ ਕੋਈ ਪੁੱਛਦਾ ਨਾ ਬਚਪਨ ਕਿਦਾਂ ਦਾ ਸੀਗਾ ਜਦੋਂ ਤੁਸੀਂ ਪੁੱਛਿਆ ਮੈਨੂੰ ਬਾਲਾ ਸੋਚਣਾ ਪੈਂਦਾ ਕਿ ਕਿਦਾਂ ਦਾ ਸੀਗਾ ਕਿ ਕਿ ਮੇਰੇ ਕੋਲ ਮੈਮਰੀਜ਼ ਹੀ ਨਹੀਂ ਹੈਗੀਆਂ ਬਟ ਜੇ ਤੁਸੀਂ ਮੈਨੂੰ ਪੁੱਛੋ ਨਾ ਤੇਰਾ ਪਿਛਲਾ ਸਾਲ ਕਿਦਾਂ ਦਾ ਸੀਗਾ ਮੈਂ ਘੰਟਾ ਘੰਟਾ ਬੋਲਨੀ ਥੱਕ ਗਈ ਉਹਦਾ ਰੀਜ਼ਨ ਹੈ ਆ ਕਿ ਮੈਨੂੰ ਹਮੇਸ਼ਾ ਤੋਂ ਕਿਹਾ ਗਿਆ ਕਿ ਪਹਿਲਾਂ ਪਤਲੀ ਹੋ ਜਾ ਫੇਰ ਇਹ ਕਰ ਲਈ ਇਕਾ ਸ਼ਰਤ ਇਕਾ ਸ਼ਰਤ ਜ਼ਿੰਦਗੀ ਤੇ ਵੀ ਜੇ ਕੁਝ ਚਾਹੀਦਾ ਹੈ ਇਹ ਕਰ ਲੈ ਕਾਮਯਾਬੀ 파ਟਨਰ ਅਮ ਸਕਸੈਸ ਜੁਵੀਆ ਹਾਂ ਇਹ ਤਾਂ ਮਿਲੂਗਾ ਜੇ ਤੂੰ ਇਸ ਤਰ੍ਹਾਂ ਹੀ ਹੋ ਜੰਗੀ ਵਿਚ ਇਜ਼ ਸੋ ਰੈਡਿਕਲਸ ਲਾਈਕ ਮੈਂ ਕਿਹਾ ਕਿ ਮੈਂ ਨਾ ਆਪਣੇ ਰੂਮ ਚ ਆਪਣਾ ਵੱਡਾ ਪੋਸਟਰ ਕਰਾ ਕੇ ਆਪਣੀ ਫੋਟੋ ਲੈਣੀ ਕਹਿੰਦੇ ਪਤਲੀ ਹੋ ਜਾ ਫੇਰ ਆ ਲਈ ਮੈਂ ਕਿਹਾ ਮੈਂ ਡਰੈਸ ਆ ਪਾਣੀ ਪਤਲੀ ਹੋ ਜਾ ਫੇਰ ਲਾ ਲਈ ਮੈਂ ਕਿਹਾ ਮੈਂ ਇਹ ਚੀਜ਼ ਕਰਨੀ ਮੈਂ ਬਾਹਰ ਜਾਣਾ ਇਦਾਂ ਕਾ ਪਤਲੀ ਹੋ ਜਾ ਮਤਲਬ ਮੈਨੂੰ ਨਾ ਹਰ ਮੈਨੂੰ ਲੱਗਣ ਲੱਗ ਪਿਆ ਜੈਨੂਅਲੀ ਲਾਈਫ ਚ ਕਿ ਜੇ ਮੈਂ ਪਤਲੀ ਨਹੀਂ ਹੋਈ ਮੈਂ ਖੁਸ਼ ਨਹੀਂ रह ਸਕਦੀ। ਸੋ ਜ਼ਿੰਦਗੀ ਜਿਉਣੀ ਆ ਤਾਂ ਪਤਲੇ ਹੋ ਕੇ ਜਿਉਣੀ ਆ। ਨਹੀਂ ਤਾਂ ਇਟਸ ਨਾਟ ਵਰਥ। ਹਾਂ ਐਂ ਤੁਸੀਂ ਸੋਚੋ ਜੇ ਤੁਸੀਂ ਕਿਸੇ ਤੇ ਇੰਨੀ ਵੱਡੀ ਕੰਡੀਸ਼ਨ ਲਾ ਦੋ। ਪਹਿਲੀ ਗੱਲ ਤਾਂ ਉਹ ਜ਼ਿੰਦਗੀ ਨਹੀਂ ਜਿਉ ਸਕਦਾ। ਦੂਜੀ ਗੱਲ ਉਹ ਉਸ ਚੀਜ਼ ਨੂੰ ਅਚੀਵ ਕਿੱਦਾਂ ਕਰੂਗਾ? ਇਡੀ ਵੱਡੀ ਰਿਸਪੌਂਸਿਬਿਲਟੀ ਤੁਹਾਡੇ ਮੋਢਿਆਂ ਤੇ। ਲਾਈਕ 16-19 ਸਾਲ ਦੇ ਬੱਚੇ ਨੂੰ ਕੀ ਕਹਿ ਰਹੇ ਤੁਸੀਂ? ਤੁਸੀਂ ਜੀ ਨਹੀਂ ਰਹੇ ਫਿਰ। ਤੁਸੀਂ ਬਸ ਇਸੇ ਟੈਨਸ਼ਨ ਦੇ ਵਿੱਚ ਹੋ ਕਿ ਪਤਲੇ ਕਿੱਦਾਂ ਹੋਣਾ। ਹਾਂ ਬਿਲਕੁਲ। ਤਾਂ ਕਿ ਮੈਂ ਸਾਰੀਆਂ ਚੀਜ਼ਾਂ ਕਰ ਸਕਾਂ। ਮੈਂ ਸਕੂਲ ਟ੍ਰਿਪ 'ਚ ਜਾਂਦੇ ਤੇ ਡਰਦੀ ਹੁੰਦੀ ਸੀ। ਜਿੱਦਾਂ ਲੋਕੀ ਬੰਗ ਕਰਕੇ ਜਾਂਦੇ ਹੁੰਦੇ ਸੀ ਉਹ ਦਾ ਟਰਾਮਾ ਕਿੱਥੋਂ ਸ਼ੁਰੂ ਹੋਇਆ ਮੈਂ 7th ਕਲਾਸ ਸੀਗੀ ਸਾਡਾ ਮੋਰਨੀ ਹिल्स ਇੰਡੀਆ ਚ ਜਗਾ ਹੈਗੀ ਆ ਆਪਾਂ ਕਸ ਮੋਰਨੀ ਹिल्स ਆਮ ਫਰਮ ਟੰਡਿੰਗ ਆਈ نو ਵਟ ਫੋਰਡਿੰਗ ਹਿਲਸ ਸੋ ਉੱਥੇ ਟ੍ਰਿਪ ਗਿਆ ਜੀ ਸਾਡਾ ਆਪਾਂ 7th ਕਲਾਸ ਹੁੰਦੇ ਸੀ ਤੇ ਉੱਥੇ ਥੋੜੇ ਜਿਹਾ ਪਹਾੜ ਸੀਗੇ ਹੁਣ ਆਈ ਵੁਡਨਟ ਸ਼ਾਈ ਅਵੇ ਫਰਮ ਸੇਇੰਗ ਕਿ ਬੀਇੰਗ ਓਵਰ weight ਇੰਨਾ ਸਟੈਮੀਨਾ ਨਹੀਂ ਹੈਗਾ ਬੋਡੀ ਆ ਭਿਲ ਜਾਣਾ ਆਕਾ ਹਾਂਜੀ ਉਹ ਮੇਰੇ ਲਈ ਆਕਾ ਯੂ نو ਵਾਟ ਆਈ ਮੀਨ ਬਟ ਲਾਈਕ ਜਦੋਂ ਨਾਲ ਦੇ ਜੋ ਆ ਕੇ ਦਾ ਭੱਜੀ ਫਿਰਦੇ ਆ ਮੇਰੇ ਲਈ ਔਖਾ ਰਹੀ ਸੋ ਇੱਕ ਤਾਂ ਉਹੀ ਗੱਲ ਨਾ ਬੜਾ ਲਾਈਕ ਸਾਰਿਆਂ ਨੇ ਥੋੜਾ ਉਹਨੂੰ ਅਜੀਬ ਜੀ ਤਰ੍ਹਾਂ ਦੇਖਿਆ ਤੇ ਮੇਰੇ ਨਾਲ ਕੋਇਨਸੀਡੈਂਟਲੀ ਕੀ ਹੋਇਆ ਕਿ ਮੇਰਾ ਨਾ ਪੈਰ ਸਲਿਪ ਹੋ ਗਿਆ ਓ ਨੋ ਤੇ ਮੈਂ ਬਜਰੀ ਸੀ ਉਹਦੇ ਉੱਤੇ ਸਲਿਪ ਕਰ ਗਈ ਓ ਨੋ ਨਾਓ ਜਸਟ ਇਮੇਜਿਨ ਅ ਫੈਟ ਪਰਸਨ ਫਾਲਿੰਗ ਡਾਊਨ ਹੈ ਨਾ ਉਹਦਾ ਜੋ ਮਜ਼ਾਕ ਬਣਿਆ ਉਸ ਚੀਜ਼ ਦਾ ਜਦੋਂ ਮੈਂ ਵਾਪਸ ਆਇਆ ਨਾ ਉਸ ਟ੍ਰਿਪ ਤੋਂ ਮੇਰੀ ਸਕੂਲ ਮੇਰੀ ਕਲਾਸ ਚ ਸਾਰਿਆਂ ਨੂੰ ਪਤਾ ਸੀ ਜਿਹੜੇ ਨਹੀਂ ਵੀ ਗਏ ਸੀਗੇ ਬਿਕਾਜ਼ ਉਹਨਾਂ ਨੂੰ ਉਹ ਸਟੋਰੀ ਇੱਕ ਜੋਕ ਬਣਾ ਕੇ ਦੱਸੀ ਗਈ ਤੇ ਉਹਦੇ ਬਾਅਦ ਮੈਂ ਕਿਸੇ ਵੀ ਸਕੂਲ ਟ੍ਰਿਪ ਤੇ ਜਾਣ ਦੇ ਬਾਰਦਰ ਦੀ ਸੀ ਮੈਨੂੰ ਪਤਾ ਸੀ ਮੇਰਾ ਮਜ਼ਾਕ ਬੜੂਗਾ ਕਿਉਂਕਿ ਪਹਿਲੀ ਗੱਲ ਤਾਂ ਮੇਰੇ ਕੋਲ ਜਿੱਦਾਂ ਦੇ ਮੇਰੇ ਨਾਲ ਦੀ ਕੁੜੀਆਂ ਕੱਪੜੇ ਪਾਉਂਦੀ ਸੀ ਉਹ ਕੱਪੜੇ ਪਾਉਣ ਨੂੰ ਨਹੀਂ ਹੁੰਦੇ ਸੀ ਤੇ ਮੈਂ ਸਕੂਲ ਸਕੂਲ ਡਰੈਸ ਤਾਂ ਸਾਰੇ ਫੇਰ ਵੀ ਸੇਮ ਲੱਗ ਰਿਹਾ ਹੈ ਨਾ ਉਸ ਤੋਂ ਬਾਅਦ ਮੈਂ ਉਹਨਾਂ ਤੋਂ ਬਹੁਤ ਅਲੱਗ ਲੱਗਦੀ ਸੀ ਤੇ ਮੈਨੂੰ ਤੀਜੀ ਗੱਲ ਪਤਾ ਸੀ ਕਿ ਇਹਨਾਂ ਨੇ ਫੇਰ ਮੇਰਾ ਕਿਸੇ ਗੱਲ ਤੇ ਮਜ਼ਾਕ ਬਣਾਣਾ ਲਾਈਕ ਮੈਂ ਸਕੂਲ ਦੀ ਅਸੈਂਬਲੀ ਲਾਈਨ ਚ ਨਾ ਸੱਜ ਦੇ ਤਾ ਹੁੰਦਾ ਸੀ ਕਿ ਕੁੜੀਆਂ ਖੜੀਆਂ ਫਿਰ ਮੁੰਡੇ ਖੜੇ ਸੋ ਤੁਸੀਂ ਹਾਈਟ ਵਾਈਜ਼ ਖੜੇ ਹੁੰਦੇ ਸੀ ਹੁਣ ਮੇਰੀ ਹਾਈਟ ਹੁੰਦੀ ਸੀ ਸਭ ਤੋਂ ਲੰਬੀ ਤੇ ਮੇਰੇ ਪਿੱਛੇ ਸ਼ੁਰੂ ਹੁੰਦੇ ਸੀ ਮੁੰਡੇ ਤੇ ਤੁਸੀਂ ਲਾ ਲੋਗੇ ਕੁੜੀ ਹੈਗੀ ਵੀ ਆ ਤੇ ਲੰਬੀ ਵੀ ਆ ਤੇ ਉਹਦੇ ਪਿੱਛੇ ਜਿਹੜਾ ਮੁੰਡਾ ਖੜਾ ਉਹ ਥੋੜਾ ਛੋਟਾ ਉਸ ਚੀਜ਼ ਦਾ ਮਜ਼ਾਕ ਬਣਾਣਾ ਮੈਂ ਸਕੂਲ ਦੇ ਅਸੈਂਬਲੀ ਚ ਜਾਣ ਤੋਂ ਡਰਦੀ ਸੀ ਕਿਉਂਕਿ ਮੈਨੂੰ ਪਤਾ ਸੀ ਮੇਰਾ ਮਜ਼ਾਕ ਸੋ ਤੁਸੀਂ ਸੋਚੋ ਕਿ ਕਿੰਨੀ ਛੋਟੀਆਂ ਛੋਟੀਆਂ ਲਾਈਫ ਦੀ ਚੀਜ਼ਾਂ ਨੇ ਕਿੰਨਾ ਡੂੰਗਾ ਅਸਰ ਕਰਦੀਆਂ ਕਿ ਅੱਜ ਮੈਨੂੰ ਨੇਚਰ ਬਹੁਤ ਪਸੰਦ ਆ ਬਟ ਜੇ ਮੰਨ ਲਓ ਮੈਂ ਕਿਸੇ ਮੁੰਡੇ ਨਾਲ ਡੇਟ ਤੇ ਜਾਣਾ ਐਂਡ ਉਹ ਮੈਨੂੰ ਕਹੂਗਾ ਕਿ ਆਪਾਂ ਚੱਲ ਕੇ ਸਟੇਲਿਓਂ ਪਾਰਕ ਦੇ ਲਾਗੇ ਚੱਲਦੇ ਆਂ ਜਾਂ ਆਪਾਂ ਕਿੱਥੇ ਚੱਲਦੇ ਆਂ

because mm -hmm. i know i'm comfortable there. right yeah and i sell it very differently <laughs> yeah, yeah. is it true to see si gal um, in the passing midan other zikr kita si ki jo tusi bah khav hi rahe hunde i haan ji um tusi conscious ho bahut sara apni diet to chahe, and this is not particularly for a men even right. with women when i am with someone new mm -hmm. i don't eat my proper diet ਕਿਉਂਕਿ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਜਜ ਕਰੇਗਾ ਦੂਜਾ ਬੰਦਾ ਹਾਂਜੀ ਸੋ ਕਿਤੇ ਨਾ ਕਿਤੇ ਹਾਲਾਂਕਿ ਐਕਸੈਪਟੈਂਸ ਆ ਗਈ ਹੈ ਹਾਲਾਂਕਿ ਆਪਣੇ ਆਪ ਨਾਲ ਮੁਹੱਬਤ ਹੋ ਗਈ ਹੈ ਹਾਂਜੀ ਕਿਤੇ ਨਾ ਕਿਤੇ ਉਹ ਛੋਟੀ ਜੀ ਕੁੜੀ ਜਿਹਨੂੰ ਹਮੇਸ਼ਾ ਮਜ਼ਾਕ ਸੁਣਨ ਨੂੰ ਮਿਲ ਰਿਹਾ ਸੀ ਆਲੇ ਦੁਆਲੇ ਆਪਣੀ ਅਪੀਅਰੈਂਸ ਕਰਕੇ ਹਾਂਜੀ ਬਿਲਕੁਲ ਕਿਤੇ ਨਾ ਕਿਤੇ ਰੁਕੀ ਹੋਈ ਹੈ ਬਿਲਕੁਲ ਮੈਂ ਐਜ਼ ਆਈ ਜਦੋਂ ਸਾਡੀ ਗੱਲ ਹੁੰਦੀ ਪਈ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਆਈ ਬੀਲੀਵ ਸੈਲਫ ਲਵ ਇਜ਼ ਅ ਜਰਨੀ ਇਟਸ ਨੋਟ ਅ ਡੈਸਟੀਨੇਸ਼ਨ ਸੋ ਤੁਸੀਂ ਕਦੇ ਨਹੀਂ ਪਹੁੰਚ ਸਕਦੇ ਉੱਥੇ ਹਰ ਦਿਨ ਤੁਸੀਂ ਉੱਠ ਕੇ ਆਪਣੇ ਐਂਡ ਮੈਂ ਨਹੀਂ ਕਹਾਂਗੀ ਕਿ ਈਜ਼ੀ ਹੈਗਾ ਕਿਉਂਕਿ ਨਾਲ ਦੇ ਲੋਕੀ ਆਈ ਵੁੱਡ ਸੇ ਕਿ ਸ਼ਾਇਦ ਇਹ ਚੀਜ਼ ਤਾਂ ਗੋ ਥਰੂ ਨਹੀਂ ਕਰਦੇ ਬਟ ਮੈਂ ਨਾ ਇਹ ਜਰੂਰ ਮੰਨਦੀ ਆ ਕਿ ਰੱਬ ਜੇ ਤੁਹਾਨੂੰ ਇਹਦਾ ਦਾ ਕੁਝ ਗੋ ਥਰੂ ਕਰਵਾਉਂਦਾ ਨਾ ਉਹਦਾ ਇੱਕ ਰੀਜ਼ਨ ਹੁੰਦਾ ਪਹਿਲੀ ਗੱਲ ਤਾਂ ਉਹ ਉਸੇ ਨੂੰ ਕਰਵਾਉਂਦਾ ਜਿਹਦੇ ਅੰਦਰ ਸ਼ਮਤਾ ਹੁੰਦੀ ਹੈ ਸਹਿਣ ਕਰਨ ਆਈ ਅਗਰੀ ਉਹ ਤੁਹਾਨੂੰ ਉਨਾ ਹੀ ਦੇਊਗਾ ਜਿੰਨਾ ਤੁਸੀਂ ਕਰ ਸਕਦੇ ਹੋ ਆਈ ਅਗਰੀ ਤੇ ਕੁਝ ਮੈਨੂੰ ਲੱਗਦਾ ਕਿ ਸ਼ਾਇਦ ਇਹ ਆਪਣੇ ਮੂੰਹੋਂ ਕਹਿਣਾ ਬਹੁਤ ਵੱਡੀ ਗੱਲ ਹੋ ਗਈ ਬਟ ਮੈਨੂੰ ਲੱਗਦਾ ਕਿ ਉਹ ਕੁਝ ਲੋਕਾਂ ਨੂੰ ਚੁੰਦਾ ਜਿਨ੍ਹਾਂ ਨੇ ਉਹਨਾਂ ਐਗਜ਼ਾਮਪਲ ਸੈੱਟ ਕਰਨਾ ਹੁੰਦਾ ਤੇ ਮੈਨੂੰ ਨਹੀਂ ਪਤਾ ਮੇਰੀ ਲਾਈਫ ਦਾ ਪਰਪਸ ਕੀ ਹੈ ਮੇਬੀ ਦਿਸ ਇਜ਼ ਯੂਰ ਪਰਪਸ ਬਟ ਆਈ ਡੂ ਫੀਲ ਇਟ ਇਸ ਮਾਈ ਪਰਪਸ ਭੁਮੀਗਾ ਕਿੰਨੇ ਇਹੋ ਜਿਹੇ ਬੱਚੇ ਹੋਣੇ ਆ ਬੱਚੀਆਂ ਹੋਣੀਆਂ ਨੇ ਜੋ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਤੇ ਇੱਕ ਸੈਡਨੈਸ ਮਹਿਸੂਸ ਕਰਦੇ ਆ ਮਾਈ ਯੂ ਸੀ ਮਹਿਸੂਸ ਕਰਦੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਯੂ نو ਦੇ ਆਰ ਨਾਟ ਵਰਥ ਇਟ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਮ ਬਿਕਾਜ਼ ਆਈ ਆਈ ਵਾਂਟ ਥਮ ਟੂ ਡਿਸਕਵਰ ਥੈਟ ਭੂਮਿਕਾ ਜੋ ਆਪਣੇ ਆਪ ਨੂੰ ਮੁਹੱਬਤ ਕਰ ਸਕੇ ਪਰ ਉਥੋਂ ਤੱਕ ਪਹੁੰਚਣ ਦਾ ਸਫ਼ਰ ਬਹੁਤ ਲੰਬਾ ਹੈ ਅਮ ਸੋ ਵਾਟ ਹੈਲਪਡ ਯੂ ਅ ਆਈ ਵੁੱਡ ਸੇ ਹਰ ਦਿਨ ਆਪਣੇ ਆਪ ਨੂੰ ਯਾਦ ਦਿਵਾਣਾ ਕਿ ਲਾਈਫ ਸਿਰਫ ਇੰਨੀ ਨਹੀਂ ਹੈਗੀ ਇਸ ਤੋਂ ਵੱਧ ਗਿਆ ਤੇ ਦੂਜੀ ਗੱਲ ਇਹ ਕਿ ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਸਰਾਉਂਡ ਕਰੋ ਜਿਹੜੇ ਤੁਹਾਨੂੰ ਉਸ ਨਜ਼ਰੀਏ ਨਾਲ ਦੇਖਦੇ ਮੈਂ ਬਹੁਤ ਲੱਕੀ ਰਹੀ ਹਾਂ ਮੇਰੇ ਹੈ ਗਿਆ ਇਦਾਂ ਦੇ ਲੋਕੀ ਮੇਰੇ ਫਰੈਂਡਸ ਨੇ ਉਹਨਾਂ ਨੇ ਮੈਨੂੰ ਰਿਅਲਾਈਜ਼ ਕਰਾਇਆ ਉਹਨਾਂ ਨੇ ਮੈਨੂੰ ਆਪਣੇ ਆਪ ਨੂੰ ਉਹਨਾਂ ਦੀ ਨਜ਼ਰਾਂ ਤੋਂ ਦਿਖਾਇਆ ਹੈਨਾ ਜਿਹੜੀ ਮੈਂ ਅੱਜ ਡਰੈਸ ਪਾਈ ਹੈ ਨਾ ਇਹ ਮੇਰੀ ਲਾਈਫ ਦੀ ਪਹਿਲੀ ਡਰੈਸ ਆ ਤਾਂ ਕਰਕੇ ਮੈਂ ਡਰੈਸ ਪਾਈ ਆ ਕਿਉਂਕਿ ਹਿੰਮਤ ਨਹੀਂ ਸੀ ਹੁੰਦੀ ਡਰੈਸ ਬਾਹਰ ਦੀ ਕਰਨਾ ਅੱਛਾ ਔਰ ਕਿੰਨੇ ਖੂਬਸੂਰਤ ਲੱਗ ਰਹੇ ਤੁਸੀਂ unreal so this it it it's kind of has a symbol for me want to see ponne jo toda ji karna bilkul ponni hai good for you haan ji i think unlearning no, energy bahut um, apne parivaraan vaaste apni society vaaste khaaskar punjabi community vaaste uh, filmaan jadon main dekhti haan jabon jehdi fat shaming aam ho rahi hai mazaak aam udaaye ja rahe hai forget but fat shaming body shaming haan ji um ਕਿੰਨੀਆਂ ਇਹੋ ਜਿਹੀਆਂ ਫਿਲਮਾਂ ਨੇ ਜੋ ਕਾਮੇਡੀ ਦਿਖਾ ਰਹੀਆਂ ਨੇ ਤੇ ਕਿਸੇ ਦੇ ਨੱਕ ਦਾ ਮਜ਼ਾਕ ਉਡਾ ਰਹੀਆਂ ਨੇ ਕਿਸੇ ਦੇ ਰੰਗ ਦਾ ਮਜ਼ਾਕ ਉਡਾ ਰਹੀਆਂ ਨੇ ਕਿਸੇ ਦੇ ਵਾੜਾ ਦਾ ਮਜ਼ਾਕ ਉਡਾ ਰਹੀਆਂ ਨੇ ਔਰ ਸਾਰੇ ਹੱਸ ਰਹੇ ਨੇ ਇਹ ਇਹ ਜਿਹੜੀ ਅਨਲਰਨਿੰਗ ਹੈ ਬੜੀ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਕਲਚਰ ਦਾ ਹਿੱਸਾ ਬਣ ਚੁੱਕੀ ਹੈ ਸਾਡੇ ਪਰਿਵਾਰਾਂ ਨੂੰ ਸਾਡੇ ਮਾਪਿਆਂ ਨੂੰ ਘਰ ਤੋਂ ਸ਼ੁਰੂਆਤ ਕਰਾਂਗੇ ਹੌਲੀ-ਹੌਲੀ ਸਿਖਾਵਾਂਗੇ ਔਰ ਤੁਸੀਂ ਹਾਲ ਹੀ ਦੇ ਵਿੱਚ ਆਪਣੇ ਗ੍ਰੈਂਡਫਾਦਰ ਨੂੰ ਇੱਕ ਬੜਾ ਵਧੀਆ ਸਬਕ ਜਿਹੜਾ ਉਹ ਸੁਣਾਇਆ ਔਰ ਬੜੇ ਪਿਆਰ ਦੇ ਨਾਲ ਸਮਝਾਇਆ ਹਾਂ ਜੰਦ-ਜੰਦ ਦੇ ਉਹ ਜ਼ਰੂਰ ਦੱਸੋ ਉਹਦੇ ਬਾਰੇ ਮੈਂ ਨਾ ਕਰੇ ਫੋਨ ਕੀਤਾ ਸੀ ਤੇ ਕਾਫੀ ਟਾਈਮ ਲਾਈਕ ਆਮ ਫਸਟ ਆਫ ਆਲ ਮਾਈ ਗ੍ਰੈਂਡਫਾਦਰ ਲਵਸ ਮੀ ધ ਮੋਸਟ ਇਨ ਦਿਸ ਵਰਲਡ ਤੇ ਉਹ ਮੈਨੂੰ ਕਹਿੰਦਾ ਹੈ ਮੇਰੀ ਪ੍ਰਿੰਸੈਸ ਤੇ ਮੈਂ ਫੋਨ ਕੀਤਾ ਕਰੇ ਉਹਨਾਂ ਨੇ ਪੁੱਛਿਆ ਕਿ ਹੈਲੋ ਮੇਰਾ ਬੇਟਾ ਕਿਹਦਾ ਹੈ ਹੈ ਨਾ ਐਂਡ ਉਹਦੇ ਬਾਅਦ ਜਰਨਲੀ ਉਹ ਇਦਾਂ ਮੈਨੂੰ ਪੁੱਛਦੇ ਹੁੰਦੇ ਉਸ ਦਿਨ ਮੈਂ ਫੋਨ ਕੀਤਾ ਨਾ ਉਹਨਾਂ ਨੇ ਪਹਿਲਾ ਕੁਐਸਚਨ ਪੁੱਛਿਆ ਕਿ ਜਿਮ ਜਾਂਦੀ ਹੈ ਮੈਨੂੰ ਪਤਾ ਕੱਲ੍ਹ ਆ ਲੱਗਿਆ ਮੈਂ ਕਿ ਮੈਂ ਹਫਤੇ ਬਾਅਦ ਕਾਲ ਕਰਨ ਲੱਗੀਆਂ ਹੈਨਾ ਤੇ ਤੁਸੀਂ ਮੈਨੂੰ ਇਹ ਪੁੱਛਦੇ ਪਏ ਹੋ ਹਾਲਾਂਕਿ ਉਹ ਨਹੀਂ ਹੋ ਸਕਦਾ ਕਿ ਵੈਸੀ ਕੈਜੂਅਲੀ ਪੁੱਛਿਆ ਹੋਣਾ ਵੈਸੇ ਬਟ ਤੁਹਾਨੂੰ ਪਤਾ ਮੇਰੇ ਦਿਮਾਗ 'ਚ ਕੀ ਗੱਲ ਆਈ ਕਿ ਇਹਨਾਂ ਨੇ ਹੁਣ ਜਿਹਦਾ ਤੁਸੀਂ ਕਹਿੰਦੇ ਹੋ ਨਾ ਕਿ ਆਪਾਂ ਹਮੇਸ਼ਾ ਉਹੀ ਚੀਜ਼ ਸੋਚਦੇ ਨੇ ਸੋ ਮੇਰੇ ਦਿਮਾਗ 'ਚ ਗੱਲ ਆਈ ਕਿ ਇਹਨਾਂ ਨੇ ਇਸ ਕਰਕੇ ਪੁੱਛਿਆ ਕਿ ਜਿਮ ਜਾਓਗੀ ਇਹਦਾ ਭਾਰ ਘਟ ਜੂਗਾ ਮੁੰਡਾ ਲੱਭਣਾ ਸੋਖਾ ਹੋ ਜਾਊਗਾ ਇਹਦਾ ਵਿਆਹ ਹੋ ਜਾਊਗਾ ਬਿਕਾਜ਼ ਅਸ ਪਰ ਇੰਡੀਅਨ ਸੋਸਾਇਟੀ ਆਈ ਸ਼ੁੱਡ ਹੈਵ ਟੂ ਕਿਡਸ ਬਾਈ ਨਾਊ ਟਰੂ ਰਾਈਟ ਸੋ ਮੇਰੇ ਦਿਮਾਗ ਚ ਉਹ ਜੀ ਸਟ੍ਰਾਈਕ ਹੋਈ ਇੱਕਦਮ ਤੋਂ ਤੇ ਮੈਂ ਕਿਹਾ ਯਾਰ ਮੈਂ ਇੰਨੇ ਟਾਈਮ ਬਾਅਦ ਗੱਲ ਕੀਤੀ ਤੇ ਤੁਸੀਂ ਮੈਨੂੰ ਇਹ ਪੁੱਛਦੇ ਪਿਓ ਤੁਸੀਂ ਇਹ ਤਾਂ ਪੁੱਛ ਲੋ ਕਿ ਮੈਂ ਠੀਕ ਆ ਮੇਰੀ ਸਿਹਤ ਠੀਕ ਆ ਮੇਰਾ ਕੰਮ ਕਿਤਾ ਚੱਲਦਾ ਕਿ ਮੈਂ ਇੱਕ ਬੇਗਾਨੇ ਦੇਸ਼ ਚ ਇਕੱਲੀ ਰਹਿਨੀ ਆ ਤੇ ਤੁਸੀਂ ਮੈਨੂੰ ਪੁੱਛਦੇ ਪਿਓ ਕਿ ਤੇਰਾ ਜਿਮ ਜਾਂਦੀ ਆ ਕਿ ਨਹੀਂ ਤੇ ਮੈਂ ਉਹਨਾਂ ਨੂੰ ਫਿਰ ਸਹੀ ਹੈ। ਕਨ ਵੇਜੀਟੇਰਨ ਹੈ ਨਾ? ਗੁੱਡ। ਉਹਨਾਂ ਨੇ ਸਮਝੀ। ਆਈ ਥਿੰਕ ਦੈਟਸ ਇੰਪੋਰਟੈਂਟ। ਉਹ ਕਮਿਊਨੀਕੇਸ਼ਨ ਖੁੱਲ੍ਹੀ ਰਹਿਣੀ ਬਹੁਤ ਜ਼ਰੂਰੀ ਹੈ। ਬਿਲਕੁਲ। ਕਿ ਜਿਹੜੇ ਲੋਕ ਆਮ ਇਨ ਜਨਰਲ ਕਿਸੇ ਨੂੰ ਦੇਖਦੇ ਹੀ ਜੱਜ ਕਰਦੇ ਨੇ। ਆਪਣੇ ਦਿਮਾਗ ਦੇ ਵਿੱਚ ਧਾਰਨਾ ਬਣਾ ਲੈਂਦੇ ਨੇ। ਵਨ ਇਨ ਵਨ ਲਾਈਨ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਹ ਟ੍ਰਾਈ ਬੈਟਰ। ਐਂਡ ਆਈ ਰੀਸੈਂਟਲੀ ਰੋਟ ਅ

That's Beautiful, Mika. That's all I have to say. powerful. <laughs> Amazing. A conversation Absolutely. And thank you for inspiring me to have this conversation. Thank you. To inspire, to see me motivate, to Thank you for showing the faith. Thank you for showing the trust. Thank you for coming. Thank you for having me. <laughs> thank you so much.